ਸੋ ਡਾਕਟਰ ਚੀਮਾ ਜਿੱਦਾਂ ਅਸੀਂ ਡੈਲਟਾ ਵੇਰੀਐਂਟ ਦੀ ਗੱਲ ਕਰ ਰਹੇ ਹਾਂ ਲਗਾਤਾਰ ਵੱਧ ਰਿਹਾ ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ ਇਲੈਕਸ਼ਨ ਵੀ ਆ ਗਈਆਂ ਨੇ ਉਸ ਵਿਚਕਾਰ ਇਹ ਵੇਰੀਐਂਟ ਵੱਧ ਰਿਹਾ ਪਹਿਲਾਂ ਇਸ ਵੇਰੀਐਂਟ ਦੇ ਬਾਰੇ ਦੱਸੋ ਕਿ ਇਹ ਵੇਰੀਐਂਟ ਇੰਨੀ ਲਗਾਤਾਰ ਇੰਨੀ ਜਲਦੀ ਨਾਲ ਕਿਵੇਂ ਫੈਲ ਰਿਹਾ 82 ਕੰਟਰੀਆਂ ਵਿੱਚ ਜਿਹੜਾ ਸੀ ਨਾ ਕੋਵਿਡ-19 ਫੈਲਿਆ ਉਹਦਾ ਕੰਟਰੋਲ ਕੀਤਾ ਗਿਆ ਪਹਿਲਾਂ ਕਈ ਕੰਟਰੋਵਰਸੀ ਹੋ ਗਈ ਬਹੁਤ ਸਾਰੇ ਇਹਦੇ ਬਾਰੇ ਕੰਟਰੋਵਰਸੀ ਇਹਦੀ ਸਪਰੈਡ ਦੀ ਕੰਟਰੋਵਰਸੀ ਕਿਸ ਤਰ੍ਹਾਂ ਸਪਰੈਡ ਹੁੰਦਾ ਰੋਕਥਾਮ ਕਿਸ ਤਰ੍ਹਾਂ ਹੋਣੀ ਹੈ ਕਿੱਥੋਂ ਚੱਲਿਆ ਸਾਰੀਆਂ ਕੰਟਰੋਵਰਸੀਆਂ ਤੋਂ ਲੰਘ ਕੇ ਅਖੀਰ ਦੇ ਵਿੱਚ ਇਹੋ ਗੱਲ ਬਣੀ ਵੀ ਇਹ ਦੁਨੀਆ ਸਾਰੀ 'ਚ ਫੈਲ ਗਿਆ ਇਹ ਸਾਰੇ ਮੁਲਕਾਂ ਨੂੰ ਅਕਲ ਨਾਲ ਕੰਮ ਕਰਨਾ ਪੈਣਾ ਇਕੱਠੇ ਮਿਲ ਕੇ ਕੰਮ ਕਰਨਾ ਪੈਣਾ ਜਦੋਂ ਇਹ ਵੈਕਸੀਨੇਸ਼ਨ ਜੇ ਆਪਾਂ ਪੂਰਾ ਨਾ ਲੱਗਾ ਤਾਂ ਜਿਹੜਾ ਡੈਲਟਾ ਵੇਰੀਐਂਟ ਉਹਦੇ ਸਪਰੈਡ ਹੋਣ ਦੇ ਬੜੇ ਚਾਂਸਿਸ ਨੇ ਫਾਸਟ ਪਹਿਲੀ ਗੱਲ ਤਾਂ ਹੈ ਬਹੁਤ ਜੇ ਇਹ ਬੜੀ ਤੇਜ਼ ਫੈਲਦਾ ਇਹ ਫਿਰ ਕੰਟਰੋਲ ਨਹੀਂ ਇਹਦਾ ਰਹਿੰਦਾ ਜਿਹੜੀ BC ਸਰਕਾਰ ਨੇ ਅੱਜ ਜਿਹੜਾ ਫੈਸਲਾ ਕੀਤਾ ਕਿ ਅਸੀਂ ਜਿਹੜਾ ਨਾ ਦੁਬਾਰਾ ਮਾਸਕ ਲਾਉਣੇ ਨੇ ਇਹਨੂੰ ਜਿਹੜਾ ਵੈਕਸੀਨੇਸ਼ਨ 'ਤੇ ਜ਼ੋਰ ਦੇ ਰਹੇ ਨੇ ਜਿਹੜਾ ਇਹ ਵੀ ਕਿਹਾ ਵੀ ਜਿਹਨਾਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਲਵਾਇਆ ਉਹਨਾਂ ਰਿਸਟ੍ਰਿਕਸ਼ਨਾਂ ਹੋਣਗੀਆਂ ਪਰ ਉੱਧਰ ਜਦੋਂ ਇਜ਼ਰਾਈਲ ਦੀ ਗੱਲ ਆਉਂਦੀ ਹੈ ਤਾਂ ਇਜ਼ਰਾਈਲ ਦੇ ਵਿੱਚ ਵੀ ਬਹੁਤ ਸਾਰੇ ਕੇਸ ਅਜਿਹੇ ਆ ਰਹੇ ਨੇ ਜਿਨ੍ਹਾਂ ਨੇ ਪਹਿਲੀ ਡੋਜ਼ ਵੀ ਲਗਵਾਈ ਦੂਜੀ ਡੋਜ਼ ਵੀ ਲਗਵਾਈ ਯਾਨੀ ਕਿ ਫੁੱਲੀ ਵੈਕਸੀਨੇਟਡ ਨੇ ਪਰ ਫਿਰ ਵੀ ਉਹਨਾਂ ਦੇ ਵਿੱਚ ਜਦੋਂ ਦੁਬਾਰਾ ਉਹਨਾਂ ਨੂੰ ਕੋਵਿਡ ਹੋ ਰਿਹਾ ਅਤੇ ਦੁਬਾਰਾ ਉਹਨਾਂ ਦੇ ਕੇਸ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਉਹ ਹੋਸਪਿਟਲਸ ਦੇ ਵਿੱਚ ਵੀ ਜਾ ਰਹੇ ਨੇ ਅਜਿਹਾ ਕਿਉਂ ਜਿਹੜੇ ਉੱਥੇ ਸਰਵਰ ਕਰਦੇ ਪਏ ਨੇ ਉਹ ਕਿਉਂ ਨਹੀਂ ਉਹਨਾਂ ਦਾ ਵੈਕਸੀਨੇਸ਼ਨ ਦਾ ਪਤਾ ਕਿਸੇ ਨੂੰ ਤੁਸੀਂ ਵੈਕਸੀਨੇਸ਼ਨ ਲਵਾਇਆ ਕਿ ਨਹੀਂ ਲਵਾਇਆ ਉਹ ਤੁਹਾਡਾ ਫੂਡ ਦੇ ਰਹੇ ਹਨ ਤੁਹਾਡੇ ਉੱਤੋਂ ਤੁਹਾਡੇ ਕੋਲ ਆ ਕੇ ਮਿਲਦੇ ਪਏ ਨੇ ਉਹਨਾਂ ਦਾ ਮਾਸਕ ਕੋਈ ਨਹੀਂ ਹੈਗਾ ਫੂਡ ਤਾਂ ਤੁਹਾਨੂੰ ਪ੍ਰੋਵਾਈਡ ਕਰਨਾ ਉਹਨਾਂ ਨੇ ਬਟ ਇਫ ਦੇ ਹੈਵ ਨੋ ਵੈਕਸੀਨੇਸ਼ਨ ਫਿਰ ਕੀ ਕਰਨਾ ਇਹ ਕੰਮ ਜਿਹੜੀ ਹੈ ਨਾ ਆਉਣ ਵਾਲੇ 2-3 ਮਹੀਨਿਆਂ 'ਚ ਬੜਾ ਵੱਡਾ ਇਹ ਸਿਆਪਾ ਪੈਣਾ 12 ਘੰਟੇ ਤੁਸੀਂ ਪਲੇਨ 'ਚ ਬਹਿਣਾ ਦੋ ਬੰਦਿਆਂ ਨੂੰ ਪ੍ਰੋਬਲਮ ਹੈ ਖੰਘ ਖੰਘ ਉਹਨਾਂ ਨੇ 12 ਘੰਟਿਆਂ 'ਚ ਪਲੇਨ ਤਾਂ ਕਰ ਦੇਣਾ ਕੰਮ ਉਹ ਸਾਰੀ ਜਗ੍ਹਾ ਸਪਰੈਡ ਹੋ ਜਾਣਾ ਅਤੇ ਇਹ ਕਿਸ ਤਰ੍ਹਾਂ ਹੋ ਸਕਦਾ ਵੀ 2 ਜਿਹੜੇ ਇਨਸਾਨ ਨੇ 200 ਬੰਦਿਆਂ ਨੂੰ ਖਰਾਬ ਕਰ ਦੇਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ ਕਿਉਂਕਿ ਕੋਵਿਡ-19 ਕਰਕੇ ਚੌਥੀ ਵੇਵ ਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਤੇ ਡੈਲਟਾ ਵੇਰੀਐਂਟ ਲਗਾਤਾਰ ਆਪਣਾ ਅਸਰ ਦਿਖਾ ਰਿਹਾ ਇਕੱਲੇ BC ਦੀ ਗੱਲ ਕਰੀਏ ਤਾਂ BC ਦੇ ਵਿੱਚ 3 ਦਿਨਾਂ ਦੇ ਵਿੱਚ 1700 ਤੋਂ ਉੱਤੇ ਕੇਸ ਆਉਣੇ ਅਤੇ 16 ਡੈਥ 3 ਦਿਨਾਂ ਦੇ ਵਿੱਚ ਆਉਣੀਆਂ ਤਾਂ ਬਹੁਤ ਵੱਡੀ ਖਬਰ ਹੈ ਕਿਉਂਕਿ ਅਸੀਂ ਦੁਬਾਰਾ ਤੋਂ ਉਸ ਸਥਿਤੀ ਦੇ ਵਿੱਚ ਪਹੁੰਚ ਰਹੇ ਹਾਂ ਜਿੱਥੇ ਅਸੀਂ ਕੁਝ ਕੁ ਮਹੀਨੇ ਪਹਿਲਾਂ ਸੀ ਸਾਰੀਆਂ ਰਿਸਟ੍ਰਿਕਸ਼ਨਸ ਹਟਾ ਦਿੱਤੀਆਂ ਗਈਆਂ ਸੀ ਅਤੇ ਪਰ ਹੁਣ ਜਦੋਂ ਸਭ ਤੋਂ ਲਾਸਟ ਵਾਲਾ ਜੇ ਚੌਥੇ ਪੜਾਅ ਦੀ ਗੱਲ ਕਰੀਏ ਉਹ ਆਉਣ ਵਾਲਾ ਸੀ ਤਾਂ ਉਸ ਤੋਂ ਪਹਿਲਾਂ ਰਿਸਟ੍ਰਿਕਸ਼ਨਸ ਹੋਰ ਲਗਾ ਦਿੱਤੀਆਂ ਗਈਆਂ ਨੇ ਮਾਸਕ ਮੈਂਡੇਟਰੀ ਕਰ ਦਿੱਤੇ ਗਏ ਨੇ ਹੋਰ ਵੀ ਬਹੁਤ ਸਾਰੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਗੱਲ ਕੀਤੀਆਂ ਗਈਆਂ ਨੇ ਅਤੇ ਨਾਲ ਨਾਲ ਚੌਥੀ ਵੇਵ ਜੇ ਆਉਂਦੀ ਹੈ ਤਾਂ ਕਿੰਨੀ ਕੁ ਖਤਰਨਾਕ ਹੋ ਸਕਦੀ ਹੈ ਇਹ ਸਭ ਬਾਰੇ ਅੱਜ ਗੱਲ ਕਰਾਂਗੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਗੁਲਜ਼ਾਰ ਚੀਮਾ ਆ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਚੀਮਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਡਾਕਟਰ ਚੀਮਾ ਜਿੱਦਾਂ ਅਸੀਂ ਡੈਲਟਾ ਵੇਰੀਐਂਟ ਦੀ ਗੱਲ ਕਰ ਰਹੇ ਹਾਂ ਲਗਾਤਾਰ ਵੱਧ ਰਿਹਾ ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ ਇਲੈਕਸ਼ਨ ਵੀ ਆ ਗਈਆਂ ਨੇ ਉਸ ਵਿਚਕਾਰ ਇਹ ਵੇਰੀਐਂਟ ਵੱਧ ਰਿਹਾ ਪਹਿਲਾਂ ਇਸ ਵੇਰੀਐਂਟ ਦੇ ਬਾਰੇ ਦੱਸੋ ਕਿ ਇਹ ਵੇਰੀਐਂਟ ਇੰਨੀ ਲਗਾਤਾਰ ਇੰਨੀ ਜਲਦੀ ਨਾਲ ਕਿਵੇਂ ਫੈਲ ਰਿਹਾ ਦੇਖੋ ਜਿਹੜਾ ਡੈਲਟਾ ਵੇਰੀਐਂਟ ਇਸ ਤੋਂ ਪਹਿਲਾਂ ਹੋਰ ਵੀ ਸਨ ਵੇਰੀਐਂਟ ਦੇ ਕੋਵਿਡ-19 ਦੇ ਅਤੇ ਪਿਛਲੇ ਕੋਈ ਆਪਾਂ ਨੂੰ ਸਾਰਾ ਰਿਪੀਟ ਕਰਨਾ ਚਾਹੀਦਾ ਪਿਛਲੇ ਅਕਤੂਬਰ ਤੋਂ 2019 ਅਕਤੂਬਰ ਤੋਂ ਇਹ ਕੰਮ ਸ਼ੁਰੂ ਹੋਇਆ ਨਵੰਬਰ ਤੋਂ ਬਾਅਦ ਫਿਰ ਜਿਹੜੇ ਕੈਨੇਡਾ ਵਿੱਚ ਜਿਹੜਾ ਪਹਿਲਾ ਕੇਸ ਸੀ ਮੇਰੇ ਖਿਆਲ ਜਨਵਰੀ 23 ਨੂੰ ਹੋਇਆ 2020 ਦੇ ਵਿੱਚ ਫਿਰ 1.5 ਸਾਲ ਇਹ ਕੰਮ ਚੱਲਦਾ ਰਿਹਾ ਇਹ ਉੱਪਰ ਗਿਆ ਥੱਲੇ ਗਿਆ 182 ਕੰਟਰੀਆਂ ਵਿੱਚ ਜਿਹੜਾ ਸੀ ਨਾ ਕੋਵਿਡ-19 ਫੈਲਿਆ ਉਹਦਾ ਕੰਟਰੋਲ ਕੀਤਾ ਗਿਆ ਪਹਿਲਾਂ ਕਈ ਕੰਟਰੋਵਰਸੀ ਹੋ ਗਈ ਬਹੁਤ ਸਾਰੇ ਇਹਦੇ ਬਾਰੇ ਕੰਟਰੋਵਰਸੀ ਇਹਦੀ ਸਪਰੈਡ ਦੀ ਕੰਟਰੋਵਰਸੀ ਕਿਸ ਤਰ੍ਹਾਂ ਸਪਰੈਡ ਹੁੰਦਾ ਰੋਕਥਾਮ ਕਿਸ ਤਰ੍ਹਾਂ ਹੋਣੀ ਹੈ ਕਿੱਥੋਂ ਚੱਲਿਆ ਸਾਰੀਆਂ ਕੰਟਰੋਵਰਸੀਆਂ ਤੋਂ ਲੰਘ ਕੇ ਅਖੀਰ ਦੇ ਵਿੱਚ ਇਹੋ ਗੱਲ ਬਣੀ ਵੀ ਇਹ ਦੁਨੀਆ ਸਾਰੀ 'ਚ ਫੈਲ ਗਿਆ ਇਹ ਸਾਰੇ ਮੁਲਕਾਂ ਨੂੰ ਅਕਲ ਨਾਲ ਕੰਮ ਕਰਨਾ ਪੈਣਾ ਇਕੱਠੇ ਮਿਲ ਕੇ ਕੰਮ ਕਰਨਾ ਪੈਣਾ WHO ਦੇ ਨਾਲ ਮਿਲ ਕੇ ਕੰਮ ਕਰਨਾ ਵੇਰੀਅਸ ਜਿਹੜੀਆਂ ਹੈਲਥ ਏਜੰਸੀ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ ਪੈਣਾ ਸੋ ਜਿਹੜਾ ਕੋਵਿਡ-19 ਨੂੰ ਰੋਕਣ ਵਾਸਤੇ ਕਿੰਨੇ ਤਰੀਕੇ ਸਨ ਉਹਦੇ ਵਿੱਚੋਂ ਫਿਜ਼ੀਕਲ ਡਿਸਟੈਂਸ ਨੂੰ ਮੇਨਟੇਨ ਕਰਨਾ ਮਾਸਕ ਲਾਉਣਾ ਕਲੀਨਨੈਸ ਰੱਖਣੀ ਆਪਣੀ ਹੈਂਡ ਵਾਸ਼ਿੰਗ ਕਰਨੀ ਪਰਸਨਲ ਹਾਈਜੀਨ ਬਾਰੇ ਇਹ ਸਾਰੀਆਂ ਗੱਲਾਂ ਕੰਬਾਈਨ ਕਰਕੇ ਸ਼ੁਰੂ ਦੇ ਵਿੱਚ ਥੋੜ੍ਹੀ ਜਿਹੀ ਰੋਕਥਾਮ ਹੋਈ ਫਿਰ ਹੌਲੀ ਹੌਲੀ ਫਿਰ ਵੈਕਸੀ ਇਹਦੀ ਜਿਹੜੀ ਮੇਨ ਜਿਹੜਾ ਗੱਲ ਸੀ ਵੈਕਸੀਨੇਸ਼ਨ ਦੀ ਜਿਹੜਾ ਵੈਕਸੀਨੇਸ਼ਨ ਜਿਹੜਾ ਨਾ ਉਹਦੇ ਬਾਰੇ ਗੱਲ ਮੈਂ ਤਾਂ ਕਰਨੀ ਚਾਹੁੰਦਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਲਵਾਇਆ ਉਹਨਾਂ ਨੂੰ ਚਾਹੀਦਾ ਵੀ ਉਹ ਸੋਚਣ ਕਿ ਜਿਹੜਾ ਡੈਲਟਾ ਵੇਰੀਐਂਟ ਹੈ ਉਹ ਕਿੰਨਾ ਖਤਰਨਾਕ ਹੈ ਅਤੇ ਉਹ ਜੇ ਉਹਨਾਂ ਦੀ
ਜਿਹੜੀ ਇਰਰਿਸਪੋਂਸੀਬਲ ਜਾਂ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਵੈਕਸੀਨੇਸ਼ਨ ਵਾਸਤੇ ਉਹ ਬਾਕੀਆਂ ਵਾਸਤੇ ਕਿੰਨਾ ਖਤਰਨਾਕ ਹੈ। ਕਿਉਂਕਿ ਜੇ ਹੁਣ ਫੋਰ ਐਗਜ਼ਾਮਪਲ ਜੇ ਕੈਨੇਡਾ ਦੇ ਵਿੱਚ 80% ਲੋਕਾਂ ਨੂੰ ਵੈਕਸੀਨੇਸ਼ਨ ਫਸਟ ਜਾਂ ਸੈਕਿੰਡ ਡੋਜ਼ ਲੱਗ ਚੁੱਕੀ ਹੈ, ਬੀ ਸੀ ਦੇ ਵਿੱਚ ਆਲਮੋਸਟ 80% ਦੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗ ਚੁੱਕਾ, ਕਈਆਂ ਨੂੰ 2 ਡੋਜ਼ ਨੇ, ਕਈਆਂ ਨੂੰ 1 ਡੋਜ਼ ਨੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਜਦੋਂ ਇਹ ਵੈਕਸੀਨੇਸ਼ਨ ਜੇ ਆਪਾਂ ਪੂਰਾ ਨਾ ਲੱਗਾ ਤਾਂ ਜਿਹੜਾ ਡੈਲਟਾ ਵੇਰੀਐਂਟ ਉਹਦੇ ਸਪਰੈਡ ਹੋਣ ਦੇ ਬੜੇ ਚਾਂਸਿਸ ਨੇ ਫਾਸਟ। ਪਹਿਲੀ ਗੱਲ ਤਾਂ ਇਹ ਬਹੁਤ ਇਹ ਬੜੀ ਤੇਜ਼ ਫੈਲਦਾ, ਇਹ ਫਿਰ ਕੰਟਰੋਲ ਨਹੀਂ ਇਹਦਾ ਰਹਿੰਦਾ। ਇਹਦਾ ਇਹ ਗੱਲ ਹੋਈ ਹੈ ਕਿ ਜਦੋਂ ਆਪਾਂ ਨੇ ਸੋਸ਼ਲ ਜਿਹੜੀਆਂ ਜਿਹੜੇ ਡਿਸਟੈਂਸ ਨੇ ਉਹ ਘੱਟ ਕਰਤੇ ਗਏ, ਫਿਰ ਮਿਕਸਅਪ ਜਿਹਾ ਹੋ ਗਿਆ, ਫਿਰ ਜਿਹੜੀ ਸੀ ਨਾ ਇਹਦੇ ਨਾਲ ਦੁਨੀਆ ਦੇ 182 ਮੁਲਕਾਂ ਦੇ ਵਿੱਚ ਸਾਰੇ ਮੁਲਕਾਂ ਵਿੱਚ ਵੈਕਸੀਨੇਸ਼ਨ ਹੋਈ ਨਹੀਂ, ਇਹਦੀ ਜਿਹੜੀ ਰੇਟ ਆਫ ਵੈਕਸੀਨੇਸ਼ਨ ਹੈ ਹਰ ਮੁਲਕ ਦਾ ਵੱਖਰਾ ਵੱਖਰਾ ਰਿਹਾ। ਸੋ ਜੇ ਇਹਨੂੰ ਦੁਨੀਆ ਨੇ ਕੰਟਰੋਲ ਨਾ ਕੀਤਾ ਤਾਂ ਜਿਹੜੀ ਫੋਰਥ ਵੇਵ ਹੈ ਜਿਹੜੀ ਸ਼ੁਰੂ ਹੋ ਗਈ ਆਲਰੇਡੀ, ਇਹ ਜਿਸ ਤਰ੍ਹਾਂ ਹੁਣ 1400 ਜਾਂ 1600 ਕੇਸ ਹੋਏ ਨੇ, ਇਹ ਕੇਸ ਵੱਧਦੇ ਰਹਿਣੇ। ਜਿਹੜੀ ਬੀ ਸੀ ਸਰਕਾਰ ਨੇ ਅੱਜ ਜਿਹੜਾ ਫੈਸਲਾ ਕੀਤਾ ਕਿ ਅਸੀਂ ਜਿਹੜਾ ਨਾ ਦੁਬਾਰਾ ਮਾਸਕ ਲਾਉਣੇ ਨੇ, ਇਹਨੂੰ ਜਿਹੜਾ ਵੈਕਸੀਨੇਸ਼ਨ 'ਤੇ ਜ਼ੋਰ ਦੇ ਰਹੇ ਨੇ, ਜਿਹੜਾ ਇਹ ਵੀ ਕਿਹਾ ਵੀ ਜਿਹਨਾਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਲਵਾਇਆ ਉਹਨਾਂ ਰਿਸਟ੍ਰਿਕਸ਼ਨਾਂ ਹੋਣਗੀਆਂ, ਉਹ ਸੋਸ਼ਲ ਕੋਈ ਕਿਹੜੀ ਜਗ੍ਹਾ 'ਤੇ ਜਾ ਸਕਦੇ ਨੇ, ਇਹ ਮੈਂ ਸਮਝਣਾ ਵੀ ਇਹਦੇ ਵਿੱਚੋਂ ਸਾਨੂੰ ਕੋਆਪਰੇਟ ਕਰਨਾ ਚਾਹੀਦਾ। ਕਿਉਂਕਿ ਜੇ ਨਾ ਕੋਆਪਰੇਸ਼ਨ ਸ਼ੋ ਕਰਾਂਗੇ ਤਾਂ ਜਿਹੜਾ ਇਹ ਜਿਹੜਾ ਵਾਇਰਸ ਹੈ ਇਹ ਖਰਾਬ ਕਰੇਗਾ। ਕਿਉਂਕਿ ਜੇ ਤੁਸੀਂ ਸਾਰੀ ਇਹਦੀ ਹਿਸਟਰੀ ਦੇਖੋ, ਜਿਹੜੇ ਵੈਕਸੀਨੇਸ਼ਨ ਦੀਆਂ 2 ਸਨ ਡੋਸਿਸ, ਪਹਿਲਾਂ ਕਿਹਾ ਸੀ 1 ਡੋਜ਼, ਫਿਰ 2 ਡੋਜ਼, ਫਿਰ ਟਾਈਮ ਵਿੱਚੋਂ ਬਦਲ ਗਿਆ, ਫਿਰ ਹੁਣ ਐਟਲੀਸਟ ਹੁਣ ਜਿਹੜਾ 6 ਤੋਂ 8 ਹਫ਼ਤੇ ਦਾ ਟਾਈਮ ਸੀ ਉਹਦੇ ਨਾਲ ਜਿਹੜੀ ਇਮਿਊਨਿਟੀ ਲੈਵਲ ਸੀ ਤੁਹਾਡਾ 1 ਲੈਵਲ 'ਤੇ ਪਹੁੰਚਿਆ, ਫਿਰ ਵਧਿਆ। ਪਰ ਜਿਹੜੀ ਹੁਣ ਜਿਹੜੀ ਬੂਸਟਰ ਡੋਜ਼ ਬਾਰੇ ਵੀ ਗੱਲਬਾਤ ਹੋ ਰਹੀ ਹੈ ਕਿ ਦੁਨੀਆ ਦੇ ਵਿੱਚ ਵੀ ਬੂਸਟਰ ਡੋਜ਼ 'ਤੇ ਉਹ WHO ਵਾਲੇ ਤਾਂ ਨਹੀਂ ਉਹਦੇ ਮਗਰ ਪੈ ਰਹੇ, ਕਿਉਂਕਿ ਉਹ ਚਾਹੁੰਦੇ ਨੇ ਵੀ ਜਿਹਨਾਂ ਲੋਕਾਂ ਨੂੰ ਆਲਰੇਡੀ ਪਹਿਲੀ ਡੋਜ਼ ਵੀ ਨਹੀਂ ਮਿਲੀ ਉਹ ਕਿੱਥੇ ਜਾਣਗੇ। ਸੋ ਇਸ ਕਰਕੇ ਓਵਰਆਲ ਜਿਹੜਾ ਨਾ ਬੂਸਟਰ ਡੋਜ਼ ਬੜੀ ਇੰਪੋਰਟੈਂਟ ਹੋਣੀ ਹੈ, ਉਹਦਾ ਫੈਸਲਾ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਹੈਲਥ ਏਜੰਸੀਜ਼ ਨੇ ਉਹ ਕਰਨਗੀਆਂ। ਜਿਹੜਾ ਸਾਡੇ ਗੁਆਂਢੀ ਮੁਲਕ ਨੇ ਤਾਂ ਆਲਰੇਡੀ ਕਰਤਾ ਕਿ ਅਸੀਂ ਉਹਨਾਂ ਨੇ ਫਾਈਜ਼ਰ ਨੂੰ ਉਹਨਾਂ ਨੇ ਪੱਕਾ ਅਪਰੂਵ ਕਰਤਾ, ਅਤੇ ਫਾਈਜ਼ਰ ਜਿਹੜਾ ਫਾਈਜ਼ਰ ਦਾ ਵੈਕਸੀਨੇਸ਼ਨ ਹੈ ਜਦੋਂ ਅਪਰੂਵਲ ਉਹਦੀ ਹੋ ਗਈ, ਦੈਟ ਮੀਨਸ ਵੀ ਉਹਨਾਂ ਨੇ ਹੋ ਸਕਦਾ 3rd ਡੋਜ਼ ਨੂੰ ਵੀ, ਖਾਸ ਕਰਕੇ ਜਿਹੜਾ ਲੋਕਾਂ ਦਾ ਇਮਿਊਨ ਸਿਸਟਮ ਕੰਪਰੋਮਾਈਜ਼ ਸੀ। ਇਹ ਸਾਰੀਆਂ ਗੱਲਾਂ ਮੈਂ ਤਾਂ ਕਰਨਾ ਪਿਆ ਕਿਉਂਕਿ ਜਿਹੜਾ ਡੈਲਟਾ ਵੇਰੀਐਂਟ ਹੈ ਉਹ ਬੜਾ ਖਤਰਨਾਕ ਹੈ, ਸਪਰੈਡ ਕਰਦਾ ਪਿਆ ਫਾਸਟ, ਅਤੇ ਉਹਦੇ ਨਾਲ ਜਿਹੜਾ ਨਾ ਕੰਟਰੋਲ ਨਹੀਂ ਹੋਣਾ। ਜੇ ਕੰਟਰੋਲ ਨਾ ਹੋਇਆ ਤਾਂ ਜਿਹੜੀ ਇਕਾਨਮੀ ਜਿੱਥੇ ਚੱਲੀ ਸੀ ਉੱਥੇ ਬੰਦ ਹੋ ਜਾਣੀ ਹੈ, ਆਵਾਜਾਈ ਉੱਥੇ ਬੰਦ ਹੋ ਜਾਣੀ ਹੈ, ਟਰਾਂਸਪੋਰਟੇਸ਼ਨ 'ਤੇ ਅਸਰ ਪੈਣਾ, ਇਹਦੇ ਨਾਲ ਜਿਹੜਾ ਲੋਕਾਂ ਦਾ ਆਉਣ ਜਾਣ 'ਤੇ ਫਰਕ ਪੈਣਾ। ਖਾਸ ਕਰਕੇ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ ਜਿੱਥੋਂ ਜਿਹਨੂੰ ਅਸੀਂ ਬਿਲੋਂਗ ਕਰਦੇ ਹਾਂ, ਜਿੱਥੋਂ ਅਸੀਂ ਆਉਂਦੇ ਹਾਂ ਸਿੱਧੇ ਰਸਤੇ ਤੋਂ, ਆਪਾਂ ਆ ਨਹੀਂ ਸਕਦੇ 21 ਸਪਟੰਬਰ ਤੱਕ, ਭਾਈ ਪੁੱਠੇ ਰਸਤੇ ਆ ਰਹੇ ਹਾਂ, ਉਹਦੇ ਨਾਲ ਪੈਸੇ ਖਰਚ ਹੋ ਰਹੇ ਨੇ। ਪਰ ਜੇ ਤੁਸੀਂ ਟਰੈਵਲ ਕਰਦੇ ਪਿਓ ਤਾਂ 3-4 ਮੁਲਕਾਂ 'ਚ ਟੈਸਟ ਕਰਾਉਣਾ ਪਿਆ, ਉਹਦਾ ਕੀ ਫਾਇਦਾ? ਜੇ ਤੁਸੀਂ ਪਹਿਲਾਂ ਹੀ ਆਪਣਾ ਵੈਕਸੀਨੇਸ਼ਨ ਲਵਾ ਕੇ ਅਤੇ ਤੁਸੀਂ ਚੰਗੇ ਤਰੀਕੇ ਨਾਲ ਆਓ ਜਦੋਂ ਵੀ ਬਾਰਡਰ ਖੁੱਲ੍ਹਣਗੇ। ਸੋ ਓਵਰਆਲ ਜਿਹੜਾ ਨਾ ਡੈਲਟਾ ਵੇਰੀਐਂਟ ਨੂੰ ਕੰਟਰੋਲ ਕਰਨ ਵਾਸਤੇ ਫਿਜ਼ੀਕਲ ਡਿਸਟੈਂਸ ਮੇਨਟੇਨ ਕਰਨਾ ਬੜਾ ਇੰਪੋਰਟੈਂਟ ਹੈ, ਜੋ ਵੀ ਪ੍ਰਕਾਸ਼ਨ ਸੀ ਲੈਣੀਆਂ ਬੜੀਆਂ ਇੰਪੋਰਟੈਂਟ ਨੇ। ਇਸ ਤੋਂ ਇਲਾਵਾ ਜਿਹੜਾ ਨਾ ਵੈਕਸੀਨੇਸ਼ਨ ਲਵਾਉਣਾ ਬੜਾ ਜ਼ਰੂਰੀ ਹੈ। ਬਹੁਤ ਵਾਰੀ ਲੋਕਾਂ ਦਾ ਸਵਾਲ ਹੁੰਦਾ ਵੀ ਸਾਡਾ ਜਿਹੜਾ ਪ੍ਰੋਗਰਾਮ ਹੈ ਜੀ, ਇਹਦੇ 'ਤੇ ਅਸੀਂ ਵੈਕਸੀਨੇਸ਼ਨ ਬਾਰੇ ਥੋੜ੍ਹੀ ਜਿਹੀ ਗੱਲ ਕਰਨਾ, ਮੈਂ ਦੁਬਾਰਾ ਵੀ ਹਿਸਟਰੀ ਦੱਸਣਾ ਚਾਹੁੰਦਾ। ਜੇ ਵੈਕਸੀਨੇਸ਼ਨ ਨਾ ਹੁੰਦਾ ਸਮਾਲ ਪੋਕਸ ਨਹੀਂ ਸੀ ਜਾਣਾ, ਜੇ ਵੈਕਸੀਨੇਸ਼ਨ ਨਾ ਹੋਏ ਤਾਂ ਆਪਣਾ ਜਿਹੜਾ ਪੋਲੀਓ ਨਹੀਂ ਕੰਟਰੋਲ ਹੋਣਾ, ਚਿਕਨ ਪੋਕਸ ਨਹੀਂ ਕੰਟਰੋਲ ਹੋਣਾ, ਮੀਜ਼ਲ, ਮੰਪਸ, ਰੁਬੈਲਾ, ਹੈਪੇਟਾਈਟਿਸ ਏ ਜਾਂ ਬੀ, ਇਹ ਨਹੀਂ ਸੀ ਕੰਟਰੋਲ ਹੋਣੇ। ਇਹਦੇ ਨਾਲ ਜਿਹੜਾ ਨਾ ਕਿੰਨੀ ਜ਼ੋਰ ਲਾ ਕੇ ਉਹਦਾ ਜਿਹੜਾ ਏਡਸ ਬਾਰੇ ਵੈਕਸੀਨੇਸ਼ਨ ਦੀ ਅਜੇ ਸ਼ੁਰੂ ਤਾਂ ਨਹੀਂ ਹੋਇਆ, ਪਰ ਉਹਦੇ ਬਾਰੇ ਰਿਸਰਚ ਹੋ ਰਹੀ ਹੈ। ਆਪਣਾ ਉਹਦੇ ਜਿਹੜਾ ਟੂਬਰਕਲੋਸਿਸ ਦਾ ਵੈਕਸੀਨੇਸ਼ਨ ਸੀ ਸਾਡੇ ਲੋਕ ਲਵਾ ਕੇ ਆਉਂਦੇ ਸੀ, ਉਹ ਕਿੰਨਾ ਇਫੈਕਟਿਵ ਸੀ। ਇਸ ਤੋਂ ਇਲਾਵਾ ਟਾਈਫਾਇਡ ਤੋਂ ਬਚਾਅ ਹੋਇਆ। ਇਸ ਤੋਂ ਇਲਾਵਾ ਜਿਹੜਾ ਪਹਿਲਾਂ ਜਿਹੜੀਆਂ ਪ੍ਰੋਬਲਮ ਸਾਰੀਆਂ ਸੀ ਉਹਨੂੰ ਦੂਰ ਕਰਨ ਵਾਸਤੇ ਇੱਕੋ ਜਿਹੜਾ ਮੋਸਟ ਇੰਪੋਰਟੈਂਟ ਜਿਹੜੀ ਹੈ ਨਾ ਟ੍ਰੀਟਮੈਂਟ ਪਾਰਟ ਹੈਗਾ ਪ੍ਰਵੈਂਸ਼ਨ ਦਾ। ਜੇ ਵੈਕਸੀਨੇਸ਼ਨ ਲਵਾਓਗੇ, ਵੈਕਸੀਨੇਸ਼ਨ ਵਾਸਤੇ ਕੋਆਪਰੇਸ਼ਨ ਕਰੋ ਜਿੱਥੇ ਜਿੱਥੇ, ਖਾਸ ਕਰਕੇ ਫਰੇਜ਼ਰ ਹੈਲਥ ਦੇ ਵਿੱਚ ਕਮ ਸੇ ਕਮ ਜਿੱਥੇ 1.9 ਮਿਲੀਅਨ ਲੋਕ ਨੇ, ਇੱਥੇ ਆਲਰੇਡੀ ਓਵਰ 2.3 ਮਿਲੀਅਨ ਡੋਜ਼ ਆਲਰੇਡੀ ਲੋਕ ਯੂਜ਼ ਕਰ ਚੁੱਕੇ ਨੇ। ਇਹਦਾ ਮਤਲਬ ਹੈ ਕਿ ਕਾਫੀ ਲੋਕਾਂ ਨੇ ਸੈਕਿੰਡ ਡੋਜ਼ ਵੀ ਲਵਾ ਲਈ ਹੈ, ਪਰ ਜਿਹੜੇ ਭਲੇ ਲੋਕਾਂ ਨੇ ਫਸਟ ਡੋਜ਼ ਵੀ ਨਹੀਂ ਲਵਾਈ ਉਹਨਾਂ ਨੂੰ ਆਪਣੇ ਆਪ ਥੋੜ੍ਹੀ ਜਿਹੀ ਧਿਆਨ ਨਹੀਂ ਹੁੰਦਾ।
ਕਿ ਮੈਂ ਕਿਉਂ ਕਰਨਾ। ਡਾਕਟਰ ਚੀਮਾ ਜਦੋਂ ਗੱਲ ਕਰਦੇ ਆ ਨਾ ਕਿ ਹਿਸਟਰੀ ਜਾਣਨੀ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਵਰਕ ਕਰਦੀ ਹੈ, ਕੋਈ ਵੀ ਬਿਮਾਰੀ ਆਉਂਦੀ ਹੈ, ਕੋਈ ਵੀ ਫਲੂ ਆਉਂਦਾ, ਉਹਦਾ ਵੈਕਸੀਨੇਸ਼ਨ ਬਣਦਾ, ਵੈਕਸੀਨੇਸ਼ਨ ਜਿੰਨਾ ਚਿਰ ਈਚ ਐਂਡ ਐਵਰੀ ਪਰਸਨ ਨੂੰ ਨਹੀਂ ਲੱਗਦਾ ਉਨਾ ਟਾਈਮ ਜਿਹੜਾ ਹੈ ਉਸ ਬਿਮਾਰੀ 'ਤੇ ਕਹਿ ਸਕਦੇ ਹਾਂ ਕਾਬੂ ਨਹੀਂ ਪਾਇਆ ਜਾ ਸਕਦਾ। ਹੁਣ ਕੋਵਿਡ ਵੇਰੀਐਂਟ ਤਾਂ ਕਿਸੇ ਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ, ਪਹਿਲਾਂ ਕੋਵਿਡ ਦਾ ਨਹੀਂ ਪਤਾ ਸੀ, ਫਿਰ ਵੇਰੀਐਂਟਸ ਦਾ ਨਹੀਂ ਪਤਾ ਸੀ, ਹੁਣ ਵੇਰੀਐਂਟਸ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਨੇ ਆ ਰਹੇ ਨੇ। ਪਰ ਹੁਣ ਜਦੋਂ ਦੋਨਾਂ ਡੋਜ਼ਿਸ ਦੀ ਅਸੀਂ ਗੱਲ ਕਰ ਰਹੇ ਹੈਗੇ ਹਾਂ ਕਿ ਦੋਨੇ ਡੋਜ਼ ਲਗਾਉਣੀ ਆ, ਯਾਨੀ ਕਿ ਫੁੱਲੀ ਵੈਕਸੀਨੇਟਿਡ ਹੋਣਾ ਜ਼ਰੂਰੀ ਹੈ, ਦੋ ਡੋਜ਼ ਜਿਹੜੀਆਂ ਜ਼ਰੂਰੀ ਨੇ, ਪਰ ਨਾਲ ਨਾਲ ਹੁਣ ਤੀਜੇ ਡੋਜ਼ ਦੀ ਵੀ ਗੱਲ ਕੀਤੀ ਜਾ ਰਹੀ ਹੈ। ਪਰ ਉੱਧਰ ਜਦੋਂ ਇਜ਼ਰਾਈਲ ਦੀ ਗੱਲ ਆਉਂਦੀ ਹੈ ਤਾਂ ਇਜ਼ਰਾਈਲ ਦੇ ਵਿੱਚ ਵੀ ਬਹੁਤ ਸਾਰੇ ਕੇਸ ਅਜਿਹੇ ਆ ਰਹੇ ਨੇ ਜਿਨ੍ਹਾਂ ਨੇ ਪਹਿਲੀ ਡੋਜ਼ ਵੀ ਲਗਵਾਈ, ਦੂਜੀ ਡੋਜ਼ ਵੀ ਲਗਵਾਈ, ਯਾਨੀ ਕਿ ਫੁੱਲੀ ਵੈਕਸੀਨੇਟਿਡ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਜਦੋਂ ਦੁਬਾਰਾ ਉਹਨਾਂ ਨੂੰ ਕੋਵਿਡ ਹੋ ਰਿਹਾ ਤੇ ਦੁਬਾਰਾ ਉਹਨਾਂ ਦੇ ਕੇਸ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਉਹ ਹਸਪੀਟਲਸ ਦੇ ਵਿੱਚ ਵੀ ਜਾ ਰਹੇ ਨੇ, ਅਜਿਹਾ ਕਿਉਂ? ਦੇਖੋ, ਇਹਦੀ ਜਿਹੜੀ ਸਟੋਰੀ ਹੈ ਇਹਦੀ ਕੋਵਿਡ 19 ਦੀ ਕਹਾਣੀ ਬਦਲਦੀ ਪਈ ਹੈ। ਕਿਸੇ ਨੂੰ 100% ਤਾਂ ਪਤਾ ਨਹੀਂ ਵੀ ਇਹਦੀ ਵੇਰੀਐਂਟ ਅੱਗੋਂ ਕਿੰਨੇ ਆਉਣੇ ਨੇ, ਪਰ ਜਿਹੜੀ ਗੱਲ ਸਾਡੇ ਜਾਂ ਲੋਕਾਂ ਦੇ ਸਮਝ ਦੇ ਵਿੱਚ ਹੈਗੀ ਹੈ ਸਾਇੰਸ ਦੇ ਮੁਤਾਬਕ ਅੱਜ ਦੇ ਟਾਈਮ ਦੇ ਵਿੱਚ ਉਹਨੂੰ ਤਾਂ ਫੋਲੋ ਕਰੀਏ, ਉਹਨੂੰ ਫੋਲੋ ਕਰਨ ਵਾਸਤੇ ਵੈਕਸੀਨੇਸ਼ਨ ਦੀ ਜ਼ਰੂਰਤ ਹੈ। ਜੇ ਵੈਕਸੀਨੇਸ਼ਨ ਨਹੀਂ ਲਾਉਣਾ ਫਿਰ ਗੱਲ ਕਿਸ ਤਰ੍ਹਾਂ ਬਣਨੀ ਹੈ? ਇਸ ਤੋਂ ਇਲਾਵਾ ਯੂਰਪ ਦੇ ਹੋਰ ਕੰਟਰੀ ਨੇ ਜਿੱਥੇ ਬੜੀ ਵੱਡੀ ਹੈ, ਬੜੀ ਵੱਡੀ ਪ੍ਰੋਬਲਮ ਆ ਰਹੀ ਹੈ, ਨਿਊਜ਼ੀਲੈਂਡ ਦੀ ਸਾਰੇ ਇਗਜ਼ਾਮਪਲ ਦਿੰਦੇ ਸੀ ਵੀ ਉਹਨਾਂ ਨੇ ਬਹੁਤ ਸੋਹਣਾ ਕੰਟਰੋਲ ਕੀਤਾ। ਪਿਛਲੇ ਮੇਰੇ ਖਿਆਲ 2-3 ਦਿਨਾਂ ਦੇ ਵਿੱਚ ਉੱਥੇ ਡੈਲਟਾ ਦੇ ਵੇਰੀਐਂਟ ਕੋਈ 20-25-26 ਕੇਸ ਹੋਏ ਸੀ, ਉਹਨਾਂ ਨੇ ਸਾਰਾ ਕੁਝ ਬਦਲਤਾ ਫਿਰ, ਕਿਉਂਕਿ ਉਹਨਾਂ ਨੂੰ ਪਤਾ ਸਮਝੇ ਕਿ ਜਿਹੜਾ ਸਾਡਾ ਮੁਲਕ ਹੈ ਅਸੀਂ ਇਸ ਹਿਸਾਬ ਨਾਲ ਕੰਟਰੋਲ ਕੀਤਾ ਸੀ, ਉਹਨਾਂ ਦੀ ਲੋਕੇਸ਼ਨ ਇਸ ਤਰ੍ਹਾਂ ਉਹ ਕੰਟਰੋਲ ਕਰ ਸਕਦੇ ਨੇ, ਉੱਥੇ ਸੌਖਾ। ਪਰ ਕੈਨੇਡਾ ਵਰਗਾ ਮੁਲਕ ਹੈ ਜਿਹੜਾ ਐਡਾ ਵੱਡਾ ਫੈਲਿਆ ਮੁਲਕ ਹੈ, 3 ਤਾਂ ਸਾਡੇ ਟਾਈਮ ਜ਼ੋਨ ਨੇ, ਅਤੇ ਉਹਦੇ ਨਾਲ ਕਿੰਨਾ ਫਰਕ ਪੈਂਦਾ। ਪਾਪੂਲੇਸ਼ਨ ਸਾਡੀ ਸਾਰੇ ਪਾਸੇ ਫੈਲੀ ਪਈ ਹੈ, ਲੋਕ ਦੁਨੀਆ ਦੇ ਲੋਕ ਜਿਹੜੇ ਨੇ ਕੈਨੇਡਾ ਵਿੱਚ ਬਹੁਤ ਆਉਂਦੇ ਨੇ, ਆਵਾਜਾਈ ਬੜੀ ਹੈ, ਵੱਖੇ ਕਮ ਸੇ ਕਮ 100 ਕੰਟਰੀਆਂ ਦੇ ਲੋਕ ਤਾਂ ਇੱਥੇ ਵੱਸਦੇ ਨੇ, ਜੇ ਇੱਥੇ ਲੋਕ ਜਿਹੜੇ ਇਮੀਗ੍ਰੇਸ਼ਨ ਲੈ ਕੇ ਆਏ ਨੇ ਉਹ ਵਾਪਸ ਜਾਂਦੇ ਨੇ, ਇੱਕ ਦੂਜੇ ਨਾਲ ਗੱਲਬਾਤ, ਉਹਨਾਂ ਦਾ ਆਵਾਜਾਈ ਬੜੀ ਹੈ। ਸੋ ਇੱਥੇ ਰਹਿਣ ਵਾਲੇ ਲੋਕਾਂ ਲਈ ਅੱਗੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਵੀ ਤੁਸੀਂ ਵੈਕਸੀਨੇਸ਼ਨ ਦਾ ਲਵਾਓ, ਵੈਕਸੀਨੇਸ਼ਨ ਦੀ ਜਿਹੜੀ ਇਨਫੋਰਮੇਸ਼ਨ ਉਹਦਾ ਲਓ, ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਉਹਦੇ ਬਾਰੇ ਪੁੱਛ ਲਓ, ਪਰ ਕੋਈ ਜੇ ਕੋਈ ਮਾੜਾ ਮੋਟਾ ਰਿਐਕਸ਼ਨ ਹੁੰਦਾ ਤਾਂ ਉਹ ਤੁਹਾਨੂੰ ਨੁਕਸਾਨ ਨਹੀਂ ਕਰ ਸਕਦਾ, ਉਹਦੇ ਨਾਲ ਤੁਹਾਨੂੰ ਥੋੜ੍ਹੇ ਬਹੁਤੀ ਪ੍ਰੋਬਲਮ ਆਉਣੀ ਹੈ, ਕੋਈ ਵੱਡਾ ਤਾਂ ਡਿਜ਼ਾਸਟਰ ਹੋਇਆ ਨਹੀਂ। ਕਿਉਂਕਿ ਜਦੋਂ ਨੁਕਸਾਨ ਦੀ ਗੱਲ ਆਉਂਦੀ ਹੈ ਇਸ ਵੇਰੀਐਂਟ ਨੇ ਬਹੁਤ ਸਾਰੀ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਵੇਰੀਐਂਟ ਦੀ ਜਾਂ ਡੈਲਟਾ ਦੀ ਜਾਂ ਕੋਵਿਡ ਦੀ ਜਾਂ ਕਿਸੇ ਵੀ ਚੀਜ਼ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਲੋਕਾਂ ਨੂੰ ਪਤਾ ਜਿਨ੍ਹਾਂ ਦੇ ਮੌਤਾਂ ਹੋਈਆਂ ਨੇ, ਉਹਨਾਂ ਨੇ ਨਜ਼ਦੀਕ ਤੋਂ ਦੇਖਿਆ, ਪਰ ਜਿਨ੍ਹਾਂ ਨੇ ਅਜੇ ਕੋਈ ਵੀ ਵੈਕਸੀਨ ਦਾ ਸ਼ਾਟ ਨਹੀਂ ਲਗਵਾਇਆ ਸੀ ਉਹਨਾਂ ਨੂੰ ਹੁਣ ਕੋਵਿਡ ਹੋ ਰਿਹਾ, ਜਿਨ੍ਹਾਂ ਨੇ ਇੱਕ ਵੀ ਨਹੀਂ ਲਗਵਾਇਆ ਉਹਨਾਂ ਦੇ ਕੇਸ ਜਿਹੜੇ ਨੇ ਉਹ ਜ਼ਿਆਦਾ ਵੱਧ ਰਹੇ ਨੇ। ਹੁਣ ਐਂਟੀ ਵੈਕਸੀਨੇਟਰਸ ਜਿਹੜੇ ਨੇ ਉਹ ਅਜੇ ਵੀ ਕਈ ਲੋਕ ਕਹਿ ਰਹੇ ਨੇ ਕਿ ਇਹ ਵੇਰੀਐਂਟ ਨਹੀਂ ਹੈਗਾ ਜਾਂ ਇਹ ਕੋਈ ਵੀ ਕੋਵਿਡ ਕਿਤੇ ਵੀ ਐਗਜ਼ਿਸਟ ਨਹੀਂ ਕਰਦਾ। ਉਹ ਲੋਕ ਜਿਹੜੇ ਨੇ ਉਹ ਐਂਟੀ ਵੈਕਸੀਨੇਟਰ ਦਾ ਸਾਈਨ ਬੋਰਡ ਲੈ ਕੇ ਪ੍ਰੋਟੈਸਟ ਵੀ ਕਰਦੇ ਨੇ, ਉਹ ਜਾ ਕੇ ਵੀ ਸਰਕਾਰਾਂ ਦੇ ਖਿਲਾਫ ਬੋਲਦੇ ਨੇ ਕਿ ਇਹ ਉਹਨਾਂ ਦੇ ਦੁਆਰਾ ਜਿਹੜਾ ਹੈ ਕੋਈ ਸਾਜਿਸ਼ ਜਿਹੜੀ ਰਚੀ ਜਾ ਰਹੀ ਹੈ। ਪਰ ਹੁਣ ਜਦੋਂ ਕੇਸ ਵੱਧ ਰਹੇ ਨੇ ਉਹਨਾਂ ਲੋਕਾਂ 'ਤੇ ਮੈਂਡੇਟਰੀ ਹੋਣਾ ਚਾਹੀਦਾ ਕਿ ਟੀਕੇ ਲੱਗਣੇ ਚਾਹੀਦੇ ਨੇ, ਨਹੀਂ ਲੱਗਣੇ ਚਾਹੀਦੇ, ਉਹਨਾਂ ਲੋਕਾਂ ਨਾਲ ਕੀ ਅਸਰ ਹੋਏਗਾ? ਕੁਛ ਪਰਸੈਂਟ ਲੋਕ ਨੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ, ਕੀ ਉਹਨਾਂ ਦੇ ਕਰਕੇ ਬਾਕੀ ਲੋਕਾਂ ਨੂੰ ਵੀ ਇਹ ਜਿਹੜੀ ਚੌਥੀ ਵੇਵ ਆ ਜਾਂ ਪੰਜਵੀਂ ਵੇਵ ਆ ਇਹ ਦੇਖਣੀ ਪੈ ਸਕਦੀ ਹੈ? ਦੇਖੋ, ਇਹ ਤਾਂ ਹੁਣ ਉਹਨਾਂ ਨੇ ਵਿਚਾਰ ਕਰਨਾ ਕਿ ਉਹਨਾਂ ਦੇ ਆਪਣੀ ਸੋਚ ਹੈ ਵੀ ਉਹ ਕਿਸ ਹਿਸਾਬ ਨਾਲ ਚੱਲਦੇ ਨੇ। ਕਈ ਲੋਕ ਇਹ ਇਕੱਲਾ ਇਹ ਨਹੀਂ ਵੈਕਸੀਨੇਸ਼ਨ ਵੀ ਕੋਵਿਡ ਦਾ ਨਹੀਂ ਲਵਾਉਂਦੇ, ਕਈ ਲੋਕ ਬਾਕੀ ਵੈਕਸੀਨੇਸ਼ਨ ਤੋਂ ਵੀ ਭੱਜਦੇ ਨੇ। ਸੋ ਇੱਕ ਹੈਗਾ ਵਰਗ ਕਿ ਜਿਹੜਾ ਵੈਕਸੀਨੇਸ਼ਨ ਦੀ ਨਹੀਂ ਗੱਲ ਮੰਨਦਾ, ਪਰ ਆਪਾਂ ਗੱਲ ਕਰੀਏ 99% ਜਿਹੜੇ ਲੋਕ ਇਸ ਗੱਲ ਪਰ ਇਸ ਪਾਸੇ ਚੱਲਦੇ ਪਏ ਨੇ, ਉਹਨਾਂ ਵਿੱਚੋਂ ਵੀ ਇੱਕ ਪਰਸੈਂਟੇਜ ਹੈਗੀ ਹੈ ਜਿਹੜੀ ਉਹ ਕਹਿੰਦੇ ਨੇ ਵੀ ਇਹਦੇ ਸਾਈਡ ਇਫੈਕਟ ਬੜੇ ਨੇ। ਕਈਆਂ ਲੋਕਾਂ ਦਾ ਸ਼ੁਰੂ ਦੇ ਵਿੱਚ ਜਿਹੜੀ ਗੌਸਪ ਕੈਂਪੇਨ ਸੀ ਜਾਂ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਕੋਈ ਪੁਟੇਸੇ ਦੇ ਸਨ, ਗੱਲਾਂ ਬਾਤਾਂ, 2-4 ਕਿਤੇ ਕੇਸ ਦੀ ਗੜਬੜ ਹੋਈ, ਉਹਨਾਂ ਨੇ ਉਹ ਸਾਰਾ ਲੋਕਾਂ ਦੇ ਦਿਮਾਗ 'ਚ ਬਹਿ ਗਿਆ ਵੀ ਇਹਨੇ ਨੁਕਸਾਨ ਕਰ ਦੇਣਾ। ਜਸਟ ਰਿਮੈਂਬਰ ਵੀ ਤੁਹਾਨੂੰ ਜੇ ਇਹਦਾ 10% ਫਾਇਦਾ ਹੁੰਦਾ, 20%, 30%, 40% ਜੋ ਵੀ ਹੈਗਾ 6 ਮਹੀਨਿਆਂ ਲਈ, ਐਟਲੀਸਟ ਤੁਹਾਨੂੰ 6 ਮਹੀਨਿਆਂ ਲਈ ਤਾਂ ਫਾਇਦਾ ਹੋਇਆ। ਇੱਥੇ ਹਜ਼ਾਰਾਂ ਕੇਸ ਹੁੰਦੇ ਸੀ, ਸਿਸਟਮ ਜਿਹੜਾ ਸਾਰਾ ਸ਼ਟਡਾਊਨ ਹੋ ਚੁੱਕਾ ਸੀ, ਲੋਕ ਕਿਸੇ ਨੂੰ ਮਿਲ ਨਹੀਂ ਸੀ ਸਕਦੇ, ICU ਸਾਰੀਆਂ ਭਰੀਆਂ ਸੀ, ਸਾਰੀ ਜਿਹੜਾ ਬਾਕੀ ਜਿਹੜੀਆਂ ਨੇ ਵੇਟਿੰਗ ਲਿਸਟ ਕਿੰਨੀਆਂ ਬਣ ਗਈਆਂ ਸੀ, ਇਕਾਨਮੀ ਸਾਰੀ ਠੱਪ ਹੋ ਗਈ ਸੀ। ਅਤੇ ਇਹ ਤਾਂ ਨਹੀਂ ਕਹਿ ਸਕਦੇ ਵੀ ਇੱਕ ਜਿਹੜਾ ਇੱਕ ਵਰਗੇ ਉਹ ਬਾਕੀ ਜਿਹੜੀ ਮੈਜੋਰਟੀ ਆਫ ਲੋਕਾਂ ਨੂੰ ਉਹ ਖਰਾਬ ਕਰੇ, ਇਹ ਤਾਂ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਹੈ ਨਾ। ਪਰ ਇਹਦੇ ਨਾਲ ਇਹ ਮੈਂ ਸਮਝਦਾ ਜਿਹੜੀ ਅੱਜ ਇਹਨਾਂ ਨੇ ਪਾਲਿਸੀ ਅਨਾਊਂਸ ਕੀਤੀ ਹੈ ਇਹ ਕਿ ਵੀ ਮਾਸਕ ਲਾਉਣਾ ਜਿਹੜਾ ਨਾ ਸਾਰਿਆਂ ਨੂੰ, ਵੈਕਸੀਨੇਸ਼ਨ ਜੇ ਨਹੀਂ ਲਵਾਓਗੇ ਤਾਂ ਤੁਹਾਨੂੰ ਕਿਤੇ ਉਹਨਾਂ ਦਾ ਸਿਸਟਮ ਦੇ ਵਿੱਚ ਫੈਸਲਾ ਕਰਨਾ ਵੀ ਤੁਸੀਂ ਰੈਸਟੋਰੈਂਟ ਜਾ ਸਕਦੇ ਕਿ ਨਹੀਂ, ਕੋਈ ਪਾਰਟੀ ਜਾ ਸਕਦੇ ਕਿ ਨਹੀਂ, ਭਈ ਤੁਸੀਂ ਜਾਣਾ ਕਿ ਨਹੀਂ ਜਾਣਾ, ਕੋਈ ਨਾ ਕੋਈ ਤਰੀਕਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਘੇਰਨ ਦੀ ਟਰਾਈ ਕਰਨਗੇ। ਪਰ ਮੈਂ ਹੁਣ ਜਿਹੜਾ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਰਿਕੁਐਸਟ
ਆਪਾਂ ਪਾਰਟੀਜ਼ ਦੇ ਵਿੱਚ, ਮੈਂ ਵੀ ਕਿੰਨੀਆਂ ਪਾਰਟੀਆਂ ਵਿੱਚ ਗਿਆ, ਜਾਂ ਗੁਰੂ ਘਰ ਜਾਂਦੇ ਹਾਂ, ਕੋਈ ਮੰਦਰ ਜਾਂ ਕੋਈ ਮਸਜਿਦ ਜਾ ਰਿਹਾ, ਕੋਈ ਜਿੱਥੇ ਵੀ ਜਾ ਰਿਹਾ, ਆਪਾਂ ਸਾਰੇ ਜਿਹੜੇ ਉੱਥੇ ਐਮ ਸੀ ਨੇ ਜਿਹੜਾ ਸਾਰੀਆਂ ਗੱਲਾਂ, ਬਾਕੀ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਕਰਨੀਆਂ ਹੁੰਦੀਆਂ ਨੇ, ਇੰਪੋਰਟੈਂਟ ਨੇ ਉਹਨਾਂ ਵਾਸਤੇ, ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ, ਪਰ ਚਾਹੀਦਾ ਵੀ ਨਾਲ ਇੱਕ ਇਹ ਵੀ ਅਨਾਊਂਸਮੈਂਟ ਕਰਨ ਵੀ ਜੇ ਤੁਸੀਂ ਕੋਵਿਡ 19 ਦਾ ਵੈਕਸੀਨੇਸ਼ਨ ਨਹੀਂ ਲਵਾਇਆ, ਉਹ ਲਵਾਓ। ਸੈਕਿੰਡ ਹੈਗਾ, ਜੇ ਤੁਸੀਂ ਬਾਹਰ ਕੋਈ ਇਹੋ ਜਿਹਾ ਸਿਸਟਮ ਖੜ੍ਹਾ ਕਰੋ ਕਿ ਜਿਹੜੇ ਲੋਕ ਐਂਟਰੀ ਕਰਦੇ ਪਏ ਨੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਵੈਕਸੀਨੇਸ਼ਨ ਲਵਾਇਆ ਕਿ ਨਹੀਂ ਲਵਾਇਆ। ਕਿਉਂਕਿ ਆਪਾਂ ਜੇ ਕਿਸੇ ਦੁਕਾਨ 'ਤੇ ਜਾ ਰਹੇ ਹਾਂ, ਸਪੋਜ਼ ਵੀ ਤੁਹਾਡੇ ਇੱਥੇ ਅਦਾਰੇ 'ਤੇ ਆਉਂਦੇ ਹਾਂ ਆਪਾਂ ਪ੍ਰੋਗਰਾਮ ਰਿਕਾਰਡ ਕਰਨ ਲਈ, ਤੁਹਾਡੇ ਸਾਰਿਆਂ ਨੂੰ ਪਤਾ ਏ ਤੋਂ ਲੈ ਕੇ ਜ਼ੈਡ ਤੱਕ ਵੀ ਕਿਹਦੇ ਕੋਲ ਵੈਕਸੀਨੇਸ਼ਨ ਲੱਗਾ ਕਿ ਨਹੀਂ ਲੱਗਾ, ਹਰ ਇੱਕ ਨੂੰ ਪੁੱਛਦੇ ਹੋ ਨਾ ਵੈਕਸੀਨੇਸ਼ਨ ਲਵਾਇਆ ਕਿ ਨਹੀਂ ਲਵਾਇਆ। ਅਤੇ ਆਪਾਂ ਜਦੋਂ ਏਡੀ ਵੱਡੀ ਗੈਦਰਿੰਗ ਕਰਕੇ ਉੱਥੇ ਕਿਉਂ ਨਹੀਂ, ਉੱਥੇ ਚਾਹੀਦਾ ਸਿਸਟਮ, ਦੋ ਚਾਰ ਬੰਦੇ ਹਾਇਰ ਕਰਕੇ ਬਾਹਰ ਬਿਠਾ ਕੇ, ਇਹ ਨਹੀਂ ਵੀ ਲੋਕਾਂ ਨਾਲ ਰੂਡ ਹੋਣਾ, ਬਟ ਯੂ ਹੈਵ ਟੂ ਟੈਲ ਦਮ ਵੀ ਤੁਸੀਂ ਵੈਕਸੀਨੇਸ਼ਨ ਨਹੀਂ ਲਵਾਇਆ ਤਾਂ ਨਾ ਆਓ। ਇਹ ਤਾਂ ਨਹੀਂ ਹੈਗਾ ਵੀ ਤੁਸੀਂ ਆ ਕੇ ਦੇ ਬਾਕੀਆਂ ਨੂੰ ਖਰਾਬ ਕਰਨਾ, ਕਿਉਂਕਿ ਜੇ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਜੇ ਸਿਸਟਮ ਨੂੰ ਆਪਾਂ ਯੂਜ਼ ਕਰਨੇ ਪਿਆ ਅਤੇ ਸਿਸਟਮ ਦੀ ਰਿਸਪੈਕਟ ਨਹੀਂ ਕਰਦੇ, ਇਹਦਾ ਮਤਲਬ ਵੀ ਜਿਹੜੇ ਬਾਕੀ ਆਲੇ ਦੁਆਲੇ ਨੇ ਉਹਨਾਂ ਦੀ ਸਿਹਤ ਦੀ ਪਰਵਾਹ ਨਹੀਂ ਕਰਦੇ। ਅਤੇ ਆਈ ਥਿੰਕ ਉਹਦੇ ਨਾਲ ਇਹ ਹੋਣਾ ਕਿ ਇੱਕ ਟਾਈਮ ਇਹੋ ਜਿਹਾ ਹੋਣਾ ਵੀ ਇਹੋ ਜਿਹਾ ਕੰਮ ਬੰਦ ਉਹਨਾਂ ਕਰ ਦੇਣ, ਉਹਨਾਂ ਨੇ ਕਹਿਣਾ ਵੀ ਤੁਸੀਂ ਨਹੀਂ ਕਰ ਸਕਦੇ, ਫਿਰ ਕਹਿਣਾ ਜੀ ਇਹ ਡਿਸਕ੍ਰਿਮੀਨੇਸ਼ਨ ਹੋ ਗਈ, ਸਾਡੀ ਕਮਿਊਨਿਟੀ ਨੂੰ ਫੜਦੇ ਹਾਂ। ਹਰ ਚੀਜ਼ ਜਿਹੜੀ ਹੈ ਨਾ ਉਹ ਡਿਸਕ੍ਰਿਮੀਨੇਸ਼ਨ ਹੀ ਹੁੰਦੀ, ਜਦੋਂ ਏਡਾ ਵੱਡਾ 20-30-40% ਸਾਡੀ ਸਰੀਰ ਦੇ ਵਿੱਚ ਹੈਗੀ ਪਾਪੂਲੇਸ਼ਨ, ਅਤੇ ਜੇ ਉਹਦੇ ਵਿੱਚ ਮੁਸ਼ਕਲਾਂ ਆਉਣੀਆਂ ਤਾਂ ਉਹ ਪਾਰਟ ਆਫ ਲਾਈਫ ਹੈ, ਉਹ ਕਿਸੇ ਵੀ ਕਮਿਊਨਿਟੀ ਨੂੰ ਆ ਸਕਦਾ। ਅਤੇ ਜੇ ਤੁਸੀਂ ਉਹਦੇ ਵਿੱਚ ਰਿਸਪੋਂਸੀਬਲ ਅਸੀਂ ਐਕਸ਼ਨ ਨਹੀਂ ਲੈਣਾ ਤਾਂ ਉਹਦੇ ਪਰ ਬੜੀ ਵੱਡੀ ਪ੍ਰੋਬਲਮ ਖੜੀ ਹੋਣੀ ਹੈ। ਸੋ ਸਾਰੇ ਜਿਹੜੇ ਵੀ ਪ੍ਰੋਗਰਾਮ ਵਾਚ ਕਰਦੇ ਨੇ ਆਪਣਾ, ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦੇ ਸ਼ਾਦੀਆਂ 'ਤੇ ਹੋਣੀਆਂ ਨੇ, ਪਾਰਟੀਆਂ ਬੰਦ ਨਹੀਂ ਹੋਣੀਆਂ, ਲੋਕ ਰੂਲ ਵੀ ਫੋਲੋ ਕਰਦੇ ਪਏ ਨੇ, ਪਰ ਜਿਹੜਾ ਇੱਕ ਜਿਹੜਾ ਮੇਨ ਕੰਮ ਹੈ ਅਨਾਊਂਸਮੈਂਟ ਦਾ ਕਰਨਾ, ਉਹ ਬੜਾ ਕਰੂਸ਼ੀਅਲ ਹੈ। ਸਕਰੀਨਿੰਗ ਇਹ ਨਹੀਂ ਕਹਿੰਦੇ ਵੀ ਤੁਸੀਂ ਟੈਂਪਰੇਚਰ ਹਰ ਇੱਕ ਦਾ ਚੈੱਕ ਕਰਨਾ, ਪਰ ਐਟਲੀਸਟ ਜੇ ਬਾਹਰ ਦੋ ਬੰਦੇ ਬੈਠੇ ਨੇ ਉਹ ਬੰਦੇ ਕਿਸੇ ਨੂੰ ਪੁੱਛਣ ਤਾਂ ਸਹੀ ਵੀ ਤੁਸੀਂ ਵੈਕਸੀਨੇਸ਼ਨ ਲਵਾਇਆ ਕਿ ਨਹੀਂ ਲਵਾਇਆ। ਜਸਟ ਅ ਰਿਮਾਈਂਡਰ, ਬੇਸਿਕਲੀ ਪੋਡੇ ਬੋਰਡ ਦੇਰ ਵੀ ਤੁਸੀਂ ਵੈਕਸੀਨੇਸ਼ਨ ਦੀ ਡੋਜ਼ ਲਵਾਈ ਕਿ ਨਹੀਂ ਲਵਾਈ, ਤੋ ਲੋਕਾਂ ਦੇ ਦਿਮਾਗ 'ਚ ਗੱਲ ਤਾਂ ਜਾਏਗੀ, ਕਿਉਂਕਿ ਉਸ ਟਾਈਮ 'ਤੇ ਉਹ ਜਦੋਂ ਕੋਈ ਇਹੋ ਜਿਹੇ ਸਿਸਟਮ ਵਿੱਚ ਲੋਕ ਨੇ ਉਹਨਾਂ ਦਾ ਜਿਹੜਾ ਰਿਸੈਪਟਿਵ ਹੁੰਦੇ ਮਾਇੰਡ, ਜਿਹੜਾ ਉਹਨਾਂ ਦਾ ਮਾਇੰਡ ਹੈ ਨਾ, ਬੜਾ ਉਹ ਉਸ ਤਰੀਕੇ ਨਾਲ ਹੁੰਦਾ ਕਿ ਉਹ ਰਿਸੈਪਟ ਉਸ ਚੀਜ਼ ਨੂੰ ਰਿਸੀਵ ਕਰਨਗੇ ਇਹਨੇ ਪੋਜ਼ੀਟਿਵ ਵੇ। ਅਤੇ ਜੇ ਆਪਾਂ ਉਸ ਟਾਈਮ ਨੂੰ ਯੂਜ਼ ਕਰਕੇ, ਅਤੇ ਇਹ ਤਾਂ ਹੈਗਾ ਜ਼ਰੂਰ ਵੀ ਗੁਰੂ ਘਰਾਂ ਦੇ ਵਿੱਚ ਲਵਾ ਰਹੇ ਨੇ ਵੈਕਸੀਨੇਸ਼ਨ ਸੈਂਟਰ ਬਣ ਗਏ, ਦੈਟਸ ਗ੍ਰੇਟ, ਉਹ ਤਾਂ ਬੜੀ ਬੱਲੇ ਹੋ ਗਈ, ਪਰ ਐਕਚੁਲੀ ਜਿਹੜਾ ਡੇ ਟੂ ਡੇ ਐਕਟੀਵਿਟੀ ਹੈ ਉਹਨੂੰ ਨਹੀਂ ਪਾਰਟੀਸਪੇਟ ਕਰਨਾ। ਜਦੋਂ ਆਪਾਂ ਜਿਹੜਾ ਪ੍ਰਸ਼ਾਦ ਵੰਡਣ ਵਾਲਾ ਬੰਦਾ ਉਹਨੂੰ ਨਹੀਂ ਕਹਿਣਾ ਵੀ ਤੁਸੀਂ ਮਾਸਕ ਲਾਉਣਾ, ਉਹਨਾਂ ਨੂੰ ਪੁੱਛੋ ਵੀ ਤੁਹਾਡਾ ਵੈਕਸੀਨੇਸ਼ਨ ਹੋਇਆ ਕਿ ਨਹੀਂ ਹੋਇਆ, ਜਿਹੜੇ ਉੱਥੇ ਸਰਵਰ ਕਰਦੇ ਪਏ ਨੇ ਉਹ ਕਿਉਂ ਨਹੀਂ, ਉਹਨਾਂ ਦਾ ਵੈਕਸੀਨੇਸ਼ਨ ਦਾ ਪਤਾ ਕਿਸੇ ਨੂੰ, ਤੁਸੀਂ ਵੈਕਸੀਨੇਸ਼ਨ ਲਵਾਇਆ ਕਿ ਨਹੀਂ ਲਵਾਇਆ, ਉਹ ਤੁਹਾਡਾ ਫੂਡ ਦੇ ਰਹੇ ਹਨ, ਤੁਹਾਡੇ ਉੱਤੋਂ ਤੁਹਾਡੇ ਕੋਲ ਆ ਕੇ ਮਿਲਦੇ ਪਏ ਨੇ, ਉਹਨਾਂ ਦਾ ਮਾਸਕ ਕੋਈ ਨਹੀਂ ਹੈਗਾ, ਫੂਡ ਤਾਂ ਤੁਹਾਨੂੰ ਪ੍ਰੋਵਾਈਡ ਕਰਨਾ ਉਹਨਾਂ ਨੇ, ਬਟ ਇਫ ਦੇ ਹੈਵ ਨੋ ਵੈਕਸੀਨੇਸ਼ਨ ਫਿਰ ਕੀ ਕਰਨਾ। ਇਹ ਕੰਮ ਜਿਹੜੀ ਹੈ ਨਾ ਆਉਣ ਵਾਲੇ 2-3 ਮਹੀਨਿਆਂ 'ਚ ਬੜਾ ਵੱਡਾ ਇਹ ਸਿਆਪਾ ਪੈਣਾ ਜੇ ਇਹਨੂੰ ਇਹਨਾਂ ਲੋਕ ਅਸੀਂ ਲੋਕਾਂ ਨੇ ਇਹਨੂੰ ਡੀਲ ਨਾ ਕੀਤਾ, ਕਿਉਂਕਿ ਅੱਜ ਮਾਸਕ ਉਹਨਾਂ ਸ਼ੁਰੂ ਕਰਤੇ ਦੁਬਾਰਾ, ਕਿਉਂਕਿ ਕੋਵਿਡ ਦੀ ਵੈਕਸੀਨੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕਿ ਕੋਵਿਡ ਦੀ ਵੈਕਸੀਨੇਸ਼ਨ ਲਗਵਾਈ ਜਾਵੇ, ਇਹਦੇ 'ਤੇ ਜ਼ੋਰ ਦਿੱਤਾ ਜਾ ਰਿਹਾ। ਜਿਵੇਂ ਹੁਣ ਤੁਸੀਂ ਕਿਹਾ ਕਿ ਕਈ ਲੋਕ ਪੋਜ਼ੀਟਿਵ ਵੇ ਦੇ ਨਾਲ ਐਕਸੈਪਟ ਕਰ ਲੈਂਦੇ ਨੇ ਕਿ ਚਲੋ ਠੀਕ ਹੈ ਇਹ ਚੇਂਜਸ ਆ ਗਏ, ਮਾਸਕ ਮੈਂਡੇਟਰੀ ਹੋ ਗਿਆ, ਚਲੋ ਠੀਕ ਹੈ ਅਸੀਂ ਮਾਸਕ ਪਾਉਣੇ ਸ਼ੁਰੂ ਕਰ ਦਿੰਦੇ ਹਾਂ, ਚਲੋ ਜੀ ਠੀਕ ਹੈ ਹੁਣ ਮਾਸਕ ਨਹੀਂ ਪਾਉਣੇ, ਤੁਸੀਂ ਮਾਸਕ ਨਾ ਪਾਉਣੇ ਸ਼ੁਰੂ ਕਰੋ, ਤੁਹਾਨੂੰ ਕੋਈ ਲੋੜ ਨਹੀਂ ਹੈਗੀ ਮਾਸਕ ਵਗੈਰਾ ਪਾਉਣ ਦੀ। ਫਿਰ ਦੂਜੇ ਪਾਸੇ ਜਦੋਂ ਗੱਲ ਆ ਜਾਂਦੀ ਹੈ ਵੈਕਸੀਨ ਪਾਸਪੋਰਟ ਦੀ, ਕਈ ਲੋਕ ਇਹਦੇ ਹੱਕ ਵਿੱਚ ਹੈ ਕਿ ਵੈਕਸੀਨ ਪਾਸਪੋਰਟ ਹੋਣਾ ਚਾਹੀਦਾ, ਕੋਈ ਕਹਿੰਦੇ ਕਿ ਨਹੀਂ ਹੋਣਾ ਚਾਹੀਦਾ, ਫਿਰ ਕਹਿੰਦੇ ਸੋਸ਼ਲ ਡਿਸਟੈਂਸ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ, ਪਾਰਟੀ 'ਤੇ ਰੋਕ ਹੈ ਜਾਂ ਡਾਈਨ ਇਨ 'ਤੇ ਰੋਕ ਹੈ। ਸੋ ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਹੁਣ ਮਾਸਕ ਫਿਰ ਤੋਂ ਇਨਡੋਰ ਦੇ ਲਈ ਮੈਂਡੇਟਰੀ ਹੋ ਗਿਆ ਹੋਇਆ। BC ਵਾਲਿਆਂ ਨੇ ਵੀ ਕਹਿ ਦਿੱਤਾ ਕਿ ਵੈਕਸੀਨ ਪਾਸਪੋਰਟ ਅਸੀਂ ਸ਼ੁਰੂ ਕਰਾਂਗੇ ਜੇ ਤੁਸੀਂ ਵੱਡੇ ਕਾਨਸਰਟਸ ਦੇ ਵਿੱਚ ਜਾਣਾ, ਵੱਡੀਆਂ ਗੈਦਰਿੰਗਸ ਦੇ ਵਿੱਚ ਜਾਣਾ। ਪਰ ਹੁਣ ਇਹ ਦੱਸੋ ਕਿ ਲੋਕਾਂ ਦੀ ਮਾਨਸਿਕ ਸਿਹਤ 'ਤੇ ਕਿੰਨਾ ਕੁ ਜ਼ਿਆਦਾ ਬੁਰਾ ਅਸਰ ਪੈਣਾ ਇਹ ਸਾਰੀਆਂ ਚੇਂਜਸ ਦੇ ਨਾਲ। ਦੇਖੋ ਮਾਨਸਿਕ ਚੇਂਜਸ 'ਤੇ ਜੇ ਅਸੀਂ ਨਾ ਕੰਟਰੋਲ ਹੋਇਆ ਤਾਂ ਮਾਨਸਿਕ 'ਤੇ ਗੱਲ ਫਿਰ ਬੜੀ ਵੱਡੀ ਖਰਾਬ ਹੋ ਜਾਣੀ ਹੈ। ਜਦੋਂ ਲੋਕਾਂ ਨੇ ਅੰਦਰ ਕੈਦ ਰਹੇ ਨੇ ਪਿਛਲੇ 18 ਮਹੀਨੇ, ਲੋਕ ਬਾਹਰ ਤਾਂ ਆਏ ਨਹੀਂ, ਅਤੇ ਜਦੋਂ ਐਕਟੀਵਿਟੀ ਬੰਦ ਰਹੀ ਹੈ ਉਹ ਮੁਸ਼ਕਲ ਸੀ ਕਿ ਜੇ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਇੰਸਟਰਕਸ਼ਨਾਂ ਫੋਲੋ ਕਰਨੀਆਂ ਉਹ ਮੁਸ਼ਕਲ ਨੇ। ਇਹਦੇ ਵਿੱਚ ਇਹ ਵੇਖਣਾ ਪੈਣਾ ਵੀ ਜਿਹੜੀ ਕੋਈ ਵੀ ਇਨਫੋਰਮੇਸ਼ਨ ਹੈ, ਜਿੰਨੀ ਦੇਰ ਤੱਕ ਤੁਹਾਡੇ ਕੋਲ ਡਾਕੂਮੈਂਟੇਸ਼ਨ ਨਹੀਂ ਹੈਗੀ ਤੁਸੀਂ ਟਰੈਵਲ ਨਹੀਂ ਕਰ ਸਕਦੇ। ਤੁਸੀਂ ਤੁਹਾਡੀ ਆਈਡੈਂਟੀ, ਹਰ ਬੰਦੇ ਦਾ ਨਾਂ ਹੈਗਾ, ਹਰ ਬੰਦੇ ਦਾ ਐਡਰੈਸ ਹੈਗਾ, ਹਰ ਬੰਦੇ ਦੀ ਏਜ ਉੱਤੇ ਮੈਂਸ਼ਨ ਕੀਤੀ ਹੁੰਦੀ ਹੈ, ਪਾਸਪੋਰਟ ਤੁਹਾਡੇ ਕੋਲ ਹੈਗਾ, ਤੁਹਾਡੀ ਆਈਡੈਂਟੀ ਤਾਂ ਆਲਰੇਡੀ ਦੇ ਰਹੇ, ਕਿਸੇ ਨੇ ਚੋਰੀ ਤਾਂ ਨਹੀਂ ਕਰ ਲੈਣੀ। ਪਰ ਹੈਗਾ ਵੀ ਜੇ ਤੁਹਾਨੂੰ ਵੈਕਸੀਨੇਸ਼ਨ ਦਿਖਾਉਣ ਵਾਸਤੇ ਟਰੈਵਲ ਕਰਨ ਵਾਸਤੇ ਉਹ ਕੰਮ ਪ੍ਰੋਵਾਈਡ ਕਰਨਾ ਪੈਣਾ, ਕੋਈ ਚੋਇਸ ਨਹੀਂ, ਹੋਣੀ ਚਾਹੀਦੀ ਹੈ। ਫੋਰ ਐਗਜ਼ਾਮ
ਦੋ ਬੰਦਿਆਂ ਨੂੰ ਪ੍ਰੋਬਲਮ ਹੈ, ਖੰਘ ਖੰਘ ਕੇ ਉਹਨਾਂ ਨੇ 12 ਘੰਟਿਆਂ 'ਚ ਪਲੇਨ ਦਾ ਕਰ ਦੇਣਾ ਕੰਮ, ਉਹ ਸਾਰੀ ਜਗ੍ਹਾ ਸਪਰੈਡ ਹੋ ਜਾਣਾ, ਅਤੇ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਦੋ ਜਿਹੜੇ ਇਨਸਾਨ ਨੇ 200 ਬੰਦਿਆਂ ਨੂੰ ਖਰਾਬ ਕਰਨ? ਇਹ ਤਾਂ ਕੋਈ ਗੱਲ ਨਹੀਂ ਨਾ ਹੋਈ, ਇਹਦੇ ਨਾਲ ਤਾਂ ਹੋ ਗਿਆ ਵੀ ਕੋਈ ਗੱਲ ਨਹੀਂ, ਉਹਨਾਂ ਦੇ ਰਾਈਟਸ ਜ਼ਿਆਦਾ ਇੰਪੋਰਟੈਂਟ ਨੇ ਬਾਕੀਆਂ ਨਾਲੋਂ 198 ਨਾਲੋਂ। ਸੋ ਇਹ ਤਾਂ ਇਹ ਗੱਲਾਂ ਜਿਹੜੀਆਂ ਨਾ, ਇਹ ਓਵਰਆਲ ਜਿਹੜਾ ਨਾ ਇਨਫੋਰਮੇਸ਼ਨ ਲੋਕਾਂ ਕੋਲ ਹੈ ਨਹੀਂ, ਕਈਆਂ ਕੋਲ ਜਿਹੜੇ ਇੱਕ ਹੁੰਦਾ ਵੀ ਇਨਫੋਰਮੇਸ਼ਨ ਜੇ ਹੋਈ ਵੀ ਉਹ ਸੁਣਨਾ ਨਹੀਂ ਚਾਹੁੰਦੇ, ਜੇ ਸੁਣਨਾ ਸੁਣ ਵੀ ਤਾਂ ਉਹ ਅਬਜ਼ਰਵ ਨਹੀਂ ਕਰਨਾ ਚਾਹੁੰਦੇ, ਡਾਇਲਾਗ ਕਰਨਾ ਪੈਣਾ, ਵੈਕਸੀਨੇਸ਼ਨ ਕਰਾਉਣੀ ਪੈਣੀ ਹੈ, ਸਿਸਟਮ ਦੇ ਵਿੱਚ ਰਹਿਣਾ ਪੈਣਾ। ਕਈ ਲੋਕ ਤਾਂ ਇਹ ਵੀ ਨਹੀਂ ਮੰਨਦੇ ਵੀ ਕਿ ਵਾਤਾਵਰਨ 'ਚ ਵੀ ਪ੍ਰੋਬਲਮ ਹੈ, ਉਹ ਕਹਿੰਦੇ ਵੀ ਟੈਂਪਰੇਚਰ ਨਹੀਂ ਵੱਧਦਾ ਪਿਆ, ਦੁਨੀਆ ਤਾਂ ਬਸ ਇਸ ਤਰ੍ਹਾਂ ਚਲੀ ਜਾਣੀ, ਉਹ ਤਾਂ ਕਹਿੰਦੇ ਪਾਣੀ ਵੀ ਉੱਦਾਂ ਚਲੀ ਜਾਣਾ, ਧਰਤੀ ਵੀ ਉੱਦਾਂ ਚੱਲਦੀ ਪਈ, ਸਿਸਟਮ ਨੂੰ ਕੁਛ ਨਹੀਂ ਆਉਣਾ, ਇਹ ਕਹਾਣੀਆਂ ਨੇ ਸਾਰੀਆਂ, ਉਹਨਾਂ ਦੀ ਗੱਲ ਛੱਡੋ ਸੀ। ਪਰ ਜਿਹੜੇ ਮਜੋਰਟੀ ਆਫ ਲੋਕ ਨੇ ਉਹਨਾਂ ਨੂੰ ਪਤਾ ਵੀ ਇਹ ਜਿਹੜੀ ਸਾਡੀ ਸੋਚ ਇਹ ਠੀਕ ਨਹੀਂ ਹੈਗੀ, ਇਹਨੂੰ ਠੀਕ ਕਰਨਾ ਪੈਣਾ, ਵੈਕਸੀਨੇਸ਼ਨ ਜਿਹੜੀ ਹੈ ਲਵਾਉਣੀ ਪੈਣੀ, ਜੇ ਨਾ ਲਵਾਵਾਂਗੇ ਤਾਂ ਪ੍ਰੋਬਲਮ ਆਉਣੀ ਹੈ। ਲੱਕੀ ਬੈਠੇ ਹਾਂ ਇਸ ਕੰਟਰੀ ਵਿੱਚ ਵੀ ਵੈਕਸੀਨੇਸ਼ਨ ਐਕਚੁਅਲੀ ਅਵੇਲੇਬਲ ਹੈਗੀ, ਤੁਹਾਨੂੰ ਕੋਈ ਤੁਹਾਨੂੰ ਮਨਾ ਨਹੀਂ ਕਰਦਾ, ਵਿਜ਼ਟਰ ਨੂੰ ਵੀ ਵੈਕਸੀਨੇਸ਼ਨ ਦੀ ਮਿਲਦੀ ਪਈ ਹੈ ਫ੍ਰੀ ਜੀ। ਫ੍ਰੀ ਕਿਸ ਤਰ੍ਹਾਂ ਵੀ ਜਿਹੜੇ ਟੈਕਸ ਪੇਅਰ ਨੇ ਉਹ ਫੰਡ ਕਰਦੇ ਪਏ ਨੇ। ਬਿਲਕੁਲ, ਸੋ ਬਹੁਤ ਸਾਰੀਆਂ ਫੈਸਿਲਿਟੀਜ਼ ਜਿੱਥੇ ਵੀ ਜਾਂਦੇ ਆ ਉਹ ਮਿਲ ਰਹੀਆਂ ਹੈਗੀਆਂ ਨੇ। ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ, ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਲਗਵਾਉਣ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਲਗਵਾਓ, ਕਿਉਂਕਿ ਕਿਸੇ ਵੀ ਦਵਾਈ ਦੀ ਘਾਟ ਨਹੀਂ, ਇਹ ਨਹੀਂ ਕਿ ਫਾਈਜ਼ਰ ਹੈ ਨਹੀਂ, ਮੋਡਰਨਾ ਹੈ ਨਹੀਂ, ਹਰ ਜਿਹੜੀ ਸਹੂਲਤ ਤੁਹਾਨੂੰ ਦਿੱਤੀ ਜਾ ਰਹੀ ਹੈ। ਪਰ ਜਿਹੜੀ ਲੋਕਾਂ ਨੂੰ ਅੱਗੇ ਆਉਣਾ ਪੈਣਾ ਕਿ ਤੁਸੀਂ ਕੋਵਿਡ ਦਾ ਜਿਹੜਾ ਟੀਕਾ ਲਗਵਾਓ। ਹੁਣ ਜਿਹੜੇ ਮਾਸਕ ਨੇ ਉਹ ਡਿਫਰੈਂਟ ਕਿਹਾ ਕਿ ਮੈਂਡੇਟਰੀ ਹੋ ਗਏ ਨੇ, ਪਰ ਹੁਣ ਹੁਣ ਅਸੀਂ ਵਿੰਟਰ ਸੀਜ਼ਨ ਦੇ ਵਿੱਚ ਪਹੁੰਚ ਰਹੇ ਹੈਗੇ ਹਾਂ। ਵਿੰਟਰ ਦੇ ਵਿੱਚ ਜਾ ਕੇ ਕਿਉਂਕਿ ਡਿਫਰੈਂਟ ਚੇਂਜ ਹੋ ਜਾਂਦਾ, ਵੈਦਰ ਚੇਂਜ ਹੋ ਜਾਂਦਾ, ਕੀ ਵੈਦਰ ਚੇਂਜ ਹੋਣ ਦੇ ਨਾਲ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਵੈਦਰ ਚੇਂਜ ਹੋਣ ਦੇ ਨਾਲ ਕੋਵਿਡ ਦੇ ਕੇਸ ਅਸੀਂ ਦੇਖਿਆ ਕਿ ਉੱਧਰ ਚੇਂਜ ਹੋਇਆ, ਉੱਧਰ ਆਸਟ੍ਰੇਲੀਆ ਵਾਲੀ ਸਾਈਡ ਦੇ ਉੱਤੇ ਗੱਲ ਕਰ ਲਈਏ, ਉੱਥੇ ਇੰਗਲੈਂਡ ਵਾਲੇ ਪਾਸੇ ਗੱਲ ਕਰ ਲਈਏ, ਉੱਥੇ ਕੇਸ ਵਧੇ ਨੇ, ਹੋ ਸਕਦਾ ਕਿ ਚੌਥੀ ਤੋਂ ਬਾਅਦ ਪੰਜਵੀਂ ਵੇਵ ਵੀ ਆ ਸਕਦੀ ਹੈ ਜੇ ਵਿੰਟਰ ਦੀ ਗੱਲ ਕੀਤੀ ਜਾਵੇ ਤਾਂ? ਦੇਖੋ, ਉਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੈਂ ਗੱਲ ਸੁਣੀ ਨਹੀਂ ਅਜੇ, ਕਿਉਂਕਿ ਜੋ ਵੀ ਸਿਸਟਮ ਦੇ ਵਿੱਚ ਜੋ ਸਾਇੰਸ ਕਹਿ ਰਹੀ ਹੈ, ਜਿਸ ਹਿਸਾਬ ਨਾਲ ਇਨਫੋਰਮੇਸ਼ਨ ਆਉਂਦੀ ਹੈ, ਉਹੀ ਗੱਲ ਆਪਾਂ ਕਰ ਸਕਦੇ ਹਾਂ ਵੀ ਇਸ ਸਟੇਜ ਦੇ ਵਿੱਚ ਚੌਥੀ ਵੇਵ 'ਤੇ ਆਲਰੇਡੀ ਦੇਰ ਹੈ, ਉਹਦੇ ਵਿੱਚ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ, ਪਰ ਉਹਨੂੰ ਹੈਂਡਲ ਕਰਨਾ ਜਿਹੜਾ ਨਾ ਬੜਾ ਕਰੂਸ਼ੀਅਲ ਹੈ, ਉਸ ਚੀਜ਼ ਨੂੰ ਮੈਨੇਜ ਕਰਨਾ ਬੜਾ ਇੰਪੋਰਟੈਂਟ ਹੈ। ਇਹ ਤਾਂ ਹੈ ਨਹੀਂ ਵੀ ਲੋਕਾਂ ਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਕੋਵਿਡ-19 ਕੀ ਹੈ, ਦੁਨੀਆ ਦੇ ਹਰ ਮੁਲਕ ਦੇ ਵਿੱਚ ਇਹ ਕੰਮ ਹੋ ਚੁੱਕਾ ਜਿਹੜਾ ਹੈਗਾ ਡੈਲਟਾ ਵੇਰੀਐਂਟ, ਕਮ ਸੇ ਕਮ 82 ਜਿਹੜੇ ਮੁਲਕ ਨੇ ਉਹਨਾਂ 'ਚ ਆਲਰੇਡੀ ਪਹੁੰਚ ਚੁੱਕਾ। ਇੱਕ ਨਹੀਂ ਇਕੱਲਾ ਇੰਡੀਆ ਜਾਂ ਪਾਕਿਸਤਾਨ 'ਚ ਨਹੀਂ ਹੈਗਾ ਇਕੱਲਾ, ਜਾਂ ਜਿੱਥੋਂ ਵੀ ਅਸੀਂ ਆਏ ਹਾਂ ਅਸੀਂ ਤਾਂ ਉਹਨਾਂ ਦਾ ਨਾਂ ਹੀ ਵਾਰ ਵਾਰ ਸਾਡੇ ਦਿਮਾਗ 'ਚ ਆਉਂਦਾ, ਪਰ ਐਟਲੀਸਟ ਜਿਹੜੇ ਬਾਕੀ ਮੁਲਕ ਨੇ ਉਹ ਵੀ ਤਾਂ ਹੈ ਨੇ। ਸੋ 82 ਮੁਲਕਾਂ ਵਿੱਚ ਜੇ ਆਲਰੇਡੀ ਪਹੁੰਚ ਚੁੱਕਾ ਅਤੇ ਉਹਨਾਂ 82 ਮੁਲਕਾਂ ਦੇ ਲੋਕਾਂ ਨੇ ਟਰੈਵਲ ਤਾਂ ਕਰਨਾ, ਘਰ 'ਤੇ ਕਿਸੇ ਨੇ ਬਹਿਣਾ ਨਹੀਂ, ਅਤੇ ਜੇ ਉਹੀ ਲੋਕ ਆ ਗਏ ਇੱਥੇ ਸਪਰੈਡ ਕਰਨਗੇ ਤਾਂ ਪ੍ਰੋਬਲਮ ਆਉਣੀ ਹੈ। ਸੋ ਵੈਕਸੀਨੇਸ਼ਨ ਦਾ ਪਾਸਪੋਰਟ ਵੀ ਜ਼ਰੂਰੀ ਹੈ, ਇਨਫੋਰਮੇਸ਼ਨ ਵੀ ਜ਼ਰੂਰੀ ਹੈ, ਚੈੱਕਅਪ ਵੀ ਜ਼ਰੂਰੀ ਹੈ, ਰੂਲਸ ਵੀ ਫੋਲੋ ਕਰਨੇ ਪੈਣੇ ਜ਼ਰੂਰੀ ਨੇ, ਇਨਫੋਰਮੇਸ਼ਨ ਕੋਲ ਰੱਖਣੀ ਜ਼ਰੂਰੀ ਹੈ, ਜੇ ਅਸੀਂ ਨਾ ਕਰਾਂਗੇ ਤਾਂ ਪ੍ਰੋਬਲਮ ਬੜੀ ਵੱਡੀ ਹੈ ਜੀ। ਬਿਲਕੁਲ, ਤੁਸੀਂ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹੈ, ਪਰ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਗਵਾਈ ਉਹਨਾਂ ਨੂੰ ਵਾਰ ਵਾਰ ਇਹੀ ਕਿਹਾ ਜਾ ਰਿਹਾ ਕਿ ਵੈਕਸੀਨ ਲਗਵਾਓ, ਇਹੀ ਹੱਲ ਆ, ਹੋਰ ਕੁਝ ਨਹੀਂ। ਅੱਜ ਦੇ ਲਈ ਕੀ ਮੈਸੇਜ ਹੋਏਗਾ ਵਿਊਅਰਸ ਨੂੰ? ਦੇਖੋ, ਕਈ ਲੋਕ ਇਹ ਸਮਝਦੇ ਨੇ ਕਿ ਇਹ ਜਿਹੜੀ ਪੋਲੀਟਿਕਸ ਇਹਦੇ ਵਿੱਚ ਇਨਵੋਲਵ ਹੈ ਜੀ, ਉਹਨਾਂ ਨੂੰ ਚਾਹੀਦਾ ਵੀ ਥੋੜ੍ਹਾ ਜਿਹਾ ਸੋਚਣ ਦਿਮਾਗ ਤੋਂ ਵੀ ਇਹ ਜਦੋਂ ਕੋਵਿਡ-19 ਆਉਂਦਾ ਕੋਈ ਸਿਆਸਤ ਵੇਖ ਕੇ ਨਹੀਂ, ਉਹਨੇ ਕੋਈ ਰੰਗ ਰੂਪ ਵੇਖ ਕੇ ਜਾਂ ਕੰਟਰੀ ਵੇਖ ਕੇ ਨਹੀਂ ਉਹਨੇ ਫੈਸਲਾ ਕਰਨਾ। ਜਿਹੜੀਆਂ ਸਰਕਾਰਾਂ ਨੇ, ਕੋਈ ਵੀ ਜਿਹੜੀ ਸਰਕਾਰ ਹੈ ਉਹ ਆਪਣੇ ਹਿਸਾਬ ਨਾਲ ਨੰਬਰ 1 ਕੰਮ ਕਰਦੀ ਹੈ। ਫੈਡਰਲ ਗਵਰਨਮੈਂਟ ਨੇ ਆਪਣਾ ਪੂਰਾ ਕੰਮ ਕੀਤਾ ਇਹਨੂੰ ਕੋਵਿਡ-19 ਰੋਕਥਾਮ ਵਾਸਤੇ, BC ਦੀ ਸਰਕਾਰ ਨੇ ਪੂਰਾ ਕੰਮ ਕੀਤਾ। ਆਪਾਂ ਨੂੰ ਚਾਹੀਦਾ ਵੀ ਸਿਟੀਜ਼ਨ ਹੋਣ ਦੇ ਨਾਤੇ ਇਹਨਾਂ ਦੀ ਸਪੋਰਟ ਕਰੀਏ, ਜਿੱਥੇ ਇਹਨਾਂ ਦੀ ਇੰਟਰੈਕਸ਼ਨ ਫੋਲੋ ਕਰੀਏ, ਕਿੰਤੂ ਪਰੰਤੂ ਕਰਨਾ ਬੰਦ ਕਰੀਏ, ਜਿਹੜਾ ਵੀ ਇਨਫੋਰਮੇਸ਼ਨ ਹੈਗੀ ਹੈ ਉਹਨੂੰ ਡਾਈਜੈਸਟ ਕਰਨ ਦੀ ਕੋਸ਼ਿਸ਼ ਕਰੀਏ, ਉਹਨੂੰ ਸਮਝੀਏ, ਅੱਗੇ ਚੰਗੀ ਗੱਲ ਸਪਰੈਡ ਕਰੀਏ, ਇੱਕ ਦੂਜੇ ਦੀ ਸਪੋਰਟ ਕਰੀਏ, ਅਤੇ ਜਿਹੜੇ ਸਾਡੇ ਅਦਾਰੇ ਨੇ ਉਹਨਾਂ ਵਿੱਚ ਜਿਹੜੀ ਨਾ ਕੋਵਿਡ-19 ਦੀ, ਇਹ ਨਹੀਂ ਵੀ ਸਿਰਫ ਨਿਊਜ਼ ਦੇ ਟਾਈਮ ਦੇ ਵਿੱਚ ਉਹਦੀ ਖਬਰ ਦੇਣੀ ਹੈ, ਉਹਨੇ ਰੈਗੂਲਰ ਬੇਸਿਸ ਜਿਸ ਤਰ੍ਹਾਂ ਅਸੀਂ ਉੱਥੇ ਅਰਦਾਸ ਕਰਦੇ ਹਾਂ, ਅਰਦਾਸ ਦੇ ਨਾਲ ਇੱਕ ਪਿੱਛੇ ਜਾ ਕੇ ਕੋਈ ਨਾ ਕੋਈ ਐਕਸਪਲੇਨ ਕਰਨ ਵੀ ਇਸ ਟਾਈਮ ਦੇ ਵਿੱਚ ਜਿਹੜਾ ਨਾ ਕੋਵਿਡ-19 ਬਾਰੇ ਵੀ ਗੱਲ ਕੀਤੀ ਜਾਏ ਵੀ ਤੁਸੀਂ ਵੈਕਸੀਨੇਸ਼ਨ ਲਵਾਇਆ ਕਿ ਨਹੀਂ ਲਵਾਇਆ, ਨਹੀਂ ਲਵਾਇਆ ਤਾਂ ਲਵਾਓ, ਜਦੋਂ ਵੀ ਕਿਤੇ ਕਿਸੇ ਨੂੰ ਮੌਕਾ ਮਿਲਦਾ, ਇਟ ਟੇਕਸ ਓਨਲੀ 1 ਮਿੰਟ ਗੱਲ ਕਰਨ ਵਾਸਤੇ ਜੀ। ਬਿਲਕੁਲ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਨਫੋਰਮੇਸ਼ਨ ਦੇ ਲਈ, ਥੈਂਕ ਯੂ ਜੀ। ਸੋ ਅੱਜ ਡਾਕਟਰ ਚੀਮਾ ਦੇ ਨਾਲ ਗੱਲਬਾਤ ਕੀਤੀ ਅਤੇ
ਕੁੱਲ ਮਿਲਾ ਕੇ ਇਹੀ ਗੱਲ ਜਿਹੜੀ ਹਰ ਵਾਰ ਕਹੀ ਜਾਂਦੀ ਹੈ ਕਿ ਵੈਕਸੀਨੇਸ਼ਨ ਜ਼ਰੂਰ ਲਗਵਾਈ ਜਾਵੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਅਜੇ ਪਹਿਲੀ ਡੋਜ਼ ਵੀ ਨਹੀਂ ਲਗਵਾਈ, ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਹਿਲਾਂ ਵਾਂਗ ਆਮ ਜ਼ਿੰਦਗੀ ਦੇ ਵਿੱਚ ਵਾਪਸ ਚਲ ਜਾਈਏ, ਸਾਨੂੰ ਮਾਸਕ ਕੋਈ ਵੀ ਨਾ ਕਵੇ, ਕੋਈ ਨਾ ਇਹ ਕਵੇ ਕਿ ਤੁਸੀਂ ਡਿਸਟੈਂਸ ਨਹੀਂ ਰੱਖਣੀ, ਕੋਈ ਨਾ ਇਹ ਕਵੇ ਕਿ ਤੁਸੀਂ ਪਾਰਟੀ ਦੇ ਵਿੱਚ ਇਹ ਦੇਖ ਕੇ ਜਾਣਾ ਕਿ ਕੋਵਿਡ ਦਾ ਇੰਜੈਕਸ਼ਨ ਲੱਗਿਆ ਜਾਂ ਨਹੀਂ ਲੱਗਿਆ, ਤੁਸੀਂ ਫੁੱਲੀ ਵੈਕਸੀਨੇਟ ਹੋ ਜਾਂ ਨਹੀਂ ਹੋ, ਉਹਦੇ ਲਈ ਫੁੱਲੀ ਵੈਕਸੀਨੇਸ਼ਨ ਹੋਣਾ ਪੈਣਾ ਹੈ। ਉਹਦੇ ਲਈ ਸਾਨੂੰ ਡੋਜ਼ ਜਿਹੜੀਆਂ ਨੇ ਉਹ ਲਗਵਾਉਣੀਆਂ ਪੈਣੀਆਂ ਨੇ। ਹੋ ਸਕਦਾ ਹੈ ਕਿ ਤੀਜੀ ਬੂਸਟਰ ਸ਼ਾਟ ਦੀ ਗੱਲ ਵੀ ਕਹੀ ਜਾਵੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇੱਕ ਵਾਰ ਸਾਨੂੰ ਸਾਰੀਆਂ ਪ੍ਰੀਕੋਸ਼ਨਸ ਫੋਲੋ ਕਰਨੀਆਂ ਚਾਹੀਦੀਆਂ। ਜਿੱਥੇ ਵੀ ਤੁਸੀਂ ਰਹਿੰਦੇ ਹੋ, ਜਿਹੜਾ ਵੀ ਤੁਸੀਂ ਪ੍ਰੀਕੋਸ਼ਨਸ ਫੋਲੋ ਕਰਨ ਦੇ ਲਈ ਤੁਹਾਨੂੰ ਹੈਲਥ ਅਫੀਸ਼ੀਅਲਸ ਦੇ ਵੱਲੋਂ ਕਿਹਾ ਜਾਂਦਾ, ਉਹ ਤੁਸੀਂ ਪ੍ਰੀਕੋਸ਼ਨਸ ਜਿਹੜੀਆਂ ਨੇ ਉਹ ਜ਼ਰੂਰ ਫੋਲੋ ਕਰੋ। ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਹੀ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ ਟੀਵੀ, ਅਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।